ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਹਿਰਦੈ ਸ੍ਰੀ ਗੁਰ ਰਾਮਦਾਸ ਗੁਣ ਗਾ ਸ੍ਰੀ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰ ਗੋਬਿੰਦ ਸੁਭ ਸੁਮਤ ਪਰਕਾਸ਼ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋ ਤੇਗ ਬਹਾਦਰ ਪਰਮ ਕੇਰ ਪਾਲਾ ਪਰਮ ਕੇਰ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਬੰਦੋਂ ਬਾਰ ਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਗੁਰੂ ਗ੍ਰੰਥ ਸਾਹਿਬ ਉਦਤ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਏਕੰਕਾਰਾ ਸਤਗੁਰੂ ਤੇਹ ਪ੍ਰਸਾਦ ਸਚ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰ ਇੱਗ ਖਵਾਜੇ ਮਰਦੂਦ ਕੇ ਲਿਖਾ ਨੁਰੰਗ ਪਠਾਏ ਕਸਮ ਖੁਦਾਏ ਕੁਰਾਨ ਕੀ ਕਸਮ ਪੈਗੰਬਰ ਖਾਏ ਇੱਗ ਖਵਾਜੇ ਮਰਦੂਦ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਸ਼ਤਰ ਤਖਤ ਦੇ ਮਾਲਕ ਵਾਲੀ ਦੋ ਜਹਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨ੍ਹਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬਿਰਾਜਮਾਨ ਗੁਰੂ ਰੂਪ ਸਾਰ ਸੰਗਤ ਜੀਓ ਸੰਧਿਆ ਦੇ ਸਮੇਂ ਦਾ ਦੀਵਾਨ ਸਜਿਆ ਹੈ ਸੋਦਾਰ ਰਹਿਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠ ਔਰ ਇਲਾਹੀ ਬਾਣੀ ਦਾ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਦੇ ਪਾਸੋਂ ਸ੍ਰਵਣ ਕੀਤਾ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਕਥਾ ਦਾ ਸਮਾਂ ਹੋਇਆ ਹੈ ਕਲਗੀਧਰ ਪਿਤਾ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਅਨੰਦਪੁਰ ਸਾਹਿਬ ਦੀ ਆਖਰੀ ਜੰਗ ਦੇ ਵਿਚਾਰ ਜਿਸ ਨੂੰ ਕੱਲ ਆਪ ਜੀ ਨੇ ਇੱਥੋਂ ਤੱਕ ਸ੍ਰਵਣ ਕੀਤਾ ਸੀ ਕਿ ਸਿੰਘ ਔਰ ਮਾਤਾ ਗੁਜਰ ਕੌਰ ਇਕੱਠੇ ਹੋ ਕੇ ਕਲਗੀਧਰ ਪਿਤਾ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਏ ਨੇ ਔਰ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਸਿੰਘਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਆਪਾਂ ਹੁਣ ਚੰਗਾ ਹੈ ਕਿ ਇੱਥੋਂ ਕਿਲੇ ਦੇ ਵਿੱਚੋਂ ਚਲੇ ਜਾਈਏ ਕਿਉਂਕਿ ਕਈ ਮਹੀਨੇ ਹੋ ਗਏ ਨੇ ਅਨਾਜ ਪਾਣੀ ਖਤਮ ਹੋ ਚੁੱਕਿਆ ਹੈ ਕੁਝ ਵੀ ਖਾਣ ਦੇ ਲਈ ਨਹੀਂ ਹੈ ਤੇ ਖਾਣ ਤੋਂ ਬਗੈਰ ਜੀਵਨ ਨਹੀਂ ਹੈ ਇਸ ਕਰਕੇ ਸਾਰੇ ਸਿੰਘਾਂ ਦਾ ਔਰ ਆਪਣਾ ਇਸੇ ਵਿੱਚ ਭਲਾ ਹੈ ਕਿ ਇੱਥੋਂ ਚਲੇ ਜਾਈਏ ਉਹਨਾਂ ਦੀ ਬੇਨਤੀ ਸੁਣ ਕੇ ਸਤਿਗੁਰਾਂ ਨੇ ਆਖਿਆ ਜਿੱਥੇ ਇਤਨਾ ਸਮਾਂ ਬਤੀਤ ਕੀਤਾ ਹੈ ਤੁਸੀਂ ਤਕਰੀਬਨ 20 ਦਿਨ ਹੋਰ
ਥੋੜਾ ਸਮਾਂ ਸਬਰ ਕਰੋ, ਵੀਹ ਕੁ ਦਿਨ ਕੱਢੋ। ਸਿੰਘਾਂ ਨੇ ਵਾਰ ਵਾਰ ਬੇਨਤੀ ਕੀਤੀ। ਮਹਾਰਾਜ ਕਿਰਪਾ ਦੇ ਘਰ ਦੇ ਵਿੱਚ ਆਏ ਹੋਏ ਦਿਨ ਨੇੜੇ ਲੈ ਕੇ ਆਉਂਦੇ ਨੇ। 18, 17, 16 ਚਲਦਿਆਂ ਚਲਦਿਆਂ ਸਤਿਗੁਰੂ ਮਹਾਰਾਜ 8 ਦਿਨਾਂ ਤੇ ਆਉਂਦੇ ਨੇ। ਸਿੰਘਾਂ ਨੇ ਫਿਰ ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ, ਖਾਲਸਾ ਜੀ, ਜੇ ਓੜਕ ਹੀ ਚਾਹੁੰਦੇ ਹੋ ਤੇ ਤੁਹਾਨੂੰ 7 ਦਿਨਾਂ ਦਾ ਅਸੀਂ ਵਾਅਦਾ ਕਰਦੇ ਹਾਂ, ਤੁਸੀਂ 7 ਦਿਨ ਦੇ ਕਰੀਬ ਹੋਰ ਰਹੋ। ਬਸ 7 ਦਿਨਾਂ ਦੇ ਵਿੱਚ ਅਕਾਲ ਪੁਰਖ ਕਿਰਪਾ ਕਰੇਗਾ, ਇਹ ਬਾਹਰ ਦੇ ਜਿਤਨੇ ਦੁਸ਼ਮਣ ਨੇ, ਮੁਗਲ ਨੇ, ਇਹ ਚੱਖਾਂ ਮਾਰਦੇ ਸਾਰੇ ਇੱਥੋਂ ਮੁੜ ਜਾਣਗੇ ਤੇ ਖਾਲਸਾ ਉਸੇ ਤਰ੍ਹਾਂ ਦੇ ਨਾਲ ਆਨੰਦ ਦੇ ਨਾਲ ਆਨੰਦਪੁਰ ਸਾਹਿਬ ਦੇ ਵਿੱਚ ਵਸਦਾ ਰਹੇਗਾ। ਮਾਤਾ ਗੁਜਰ ਕੌਰ ਜੀ ਬੇਨਤੀਆਂ ਕਰ ਰਹੇ ਨੇ, ਇਹ ਸਾਰੀ ਇਸ ਤਰ੍ਹਾਂ ਦੀ ਅੰਦਰ ਦੀ ਹਾਲਤ ਹੈ, ਸਤਿਗੁਰੂ ਸੰਤੋਖ ਦੇ ਰਹੇ ਨੇ। ਬਾਹਰ ਦੀ ਫੌਜ ਦੇ ਵਿੱਚ ਮੁਗਲਾਂ ਦੇ ਕੋਲ ਔਰੰਗਜ਼ੇਬ ਦੀ ਇੱਕ ਹੋਰ ਚਿੱਠੀ ਖਵਾਜਾ ਮਰਦੂਦ ਦੇ ਕੋਲ ਪਹੁੰਚੀ ਹੈ। ਉਹ ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਹੈ ਤੇ ਹੁਣ ਮੁਗਲ ਕੀ ਕਦਮ ਚੁੱਕਦੇ ਨੇ, ਇਹ ਸਾਰੇ ਵਿਚਾਰ ਨੂੰ ਆਪ ਪਿਆਰ ਨਾਲ ਬੈਠ ਕੇ ਸ਼੍ਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਖਵਾਜੇ ਮਰਦੂਦ ਕੇ ਲਿਖਾ ਨੌਰੰਗ ਪਠਾਏ। ਉਧਰੋਂ ਔਰੰਗਜ਼ੇਬ ਨੇ ਦੱਖਣ ਦੇ ਵਿੱਚੋਂ ਖਵਾਜਾ ਮਰਦੂਦ ਨੂੰ ਇੱਕ ਚਿੱਠੀ ਆਪਣੇ ਹੱਥੀ ਲਿਖ ਕੇ ਇਸ ਤਰ੍ਹਾਂ ਦੇ ਨਾਲ ਭੇਜੀ ਹੈ, ਕਸਮ ਖੁਦਾਏ ਕੁਰਾਨ ਕੀ ਕਸਮ ਪੈਗੰਬਰ ਖਾਏ। ਇਸ ਚਿੱਠੀ ਦੇ ਵਿੱਚ ਔਰੰਗਜ਼ੇਬ ਨੇ ਕੁਰਾਨ ਦੀ ਕਸਮ ਖਾਧੀ ਹੈ, ਖੁਦਾ ਦੀ ਕਸਮ ਖਾਧੀ ਹੈ, ਔਰ ਆਪਣੇ ਹਜ਼ਰਤ ਮੁਹੰਮਦ ਸਾਹਿਬ ਦੀ ਉਸਨੇ ਕਸਮ ਖਾਧੀ ਹੈ। ਮੋਹੇ ਹੱਥ ਕੋ ਲਿਖਿਓ ਸੋ ਲੈ ਕੇ। ਉਸ ਚਿੱਠੀ ਦੇ ਵਿੱਚ ਲਿਖਿਆ ਹੈ ਖਵਾਜਾ ਮਰਦੂਦ ਨੂੰ ਔਰੰਗਜ਼ੇਬ ਨੇ ਕਿ ਐ ਖਵਾਜਾ ਜੀ, ਇਹ ਜਿਹੜੀ ਮੇਰੇ ਹੱਥ ਦੀ ਲਿਖੀ ਹੋਈ ਚਿੱਠੀ ਹੈ, ਇਹਨੂੰ ਤੁਸੀਂ ਲੈ ਕੇ ਸੈਯਦ ਕਿਸੇ ਭਲੇ ਕੋ ਦੇ ਕੇ, ਕੋਈ ਜਿਹਦੇ ਉੱਪਰ ਤੁਹਾਨੂੰ ਭਰੋਸਾ ਹੋਵੇ, ਚੰਗਾ ਸੈਯਦ ਹੋਵੇ, ਸਿਰ ਪਰ ਧਰ ਕੇ ਜਾਏ ਕੁਰਾਨ, ਉਹ ਆਪਣੇ ਸਿਰ ਦੇ ਉੱਪਰ ਜੋ ਆਪਣਾ ਪਵਿੱਤਰ ਗ੍ਰੰਥ ਹੈ ਇਸਲਾਮ ਦਾ ਕੁਰਾਨ ਸ਼ਰੀਫ, ਉਹਨੂੰ ਆਪਣੇ ਸਿਰ ਦੇ ਉੱਪਰ ਭਲਾ ਸੈਯਦ ਚੰਗੇ ਸੁਭਾਅ ਵਾਲਾ ਰੱਖ ਲਵੇ। ਮਿਲੇ ਗੁਰੂ ਸੰਗ ਕਰੇ ਬਖਾਨ, ਉਹ ਫਿਰ ਸਤਿਗੁਰੂ ਮਹਾਰਾਜ ਦੇ ਕੋਲ ਜਾਵੇ ਤੇ ਉਹਨਾਂ ਨਾਲ ਇਸ ਤਰ੍ਹਾਂ ਗੱਲ ਕਰੇ, ਜਿਸ ਵਿਦ ਕਰ ਗੁਰਮਨ ਪਤੀ ਆਵੇ, ਹਰ ਉਹ ਤਰੀਕਾ ਜਿਹਦੇ ਨਾਲ ਸਤਿਗੁਰਾਂ ਦਾ ਮਨ ਆਪਣੇ ਤੇ ਪਸੀਜ ਜਾਵੇ, ਮਨ ਜਾਣ ਸੋ ਕਰ ਦੇਹੋ ਨਿਕ ਸਜਮ ਆਵੇ, ਉਹ ਸਾਰਾ ਕੁਝ ਕਰਕੇ ਤੁਸੀਂ ਸਤਿਗੁਰਾਂ ਦੇ ਕੋਲ ਜਾਓ, ਉਹਨਾਂ ਨੂੰ ਮਨਾਓ, ਜਿਵੇਂ ਵੀ ਹੋ ਸਕੇ ਸਤਿਗੁਰਾਂ ਨੂੰ ਆਪਣੇ ਤੇ ਭਰੋਸਾ ਦਵਾਓ, ਜਿਉਂ ਕਿਉਂ ਕਰ ਗੁਰ ਕਰੋ ਨਿਕਾਰਨ, ਬਸ ਖਵਾਜਾ ਜੀ ਜਿਵੇਂ ਕਿਵੇਂ ਹੋ ਸਕੇ, ਜਿਵੇਂ ਕਿਵੇਂ ਵੀ ਜੋ ਵੀ ਤਰੀਕਾ ਵਰਤਿਆ ਜਾਵੇ, ਸਤਿਗੁਰਾਂ ਨੂੰ ਕਿਲੇ ਦੇ ਵਿੱਚੋਂ ਬਾਹਰ ਕੱਢੋ, ਮੁਝ ਲਗ ਪਹੁੰਚੇ ਤਜ ਰਣ ਦਾਰਨ, ਇੱਥੋਂ ਤੱਕ ਕਿ ਸਤਿਗੁਰੂ ਜੀ ਜੰਗ ਛੱਡ ਕੇ ਮੇਰੇ ਕੋਲ ਇੱਥੇ ਦੱਖਣ ਵਾਲੀ ਦਿਸ਼ਾ ਤੱਕ ਪਹੁੰਚ ਜਾਣ। ਸਭ ਉਮਰਾਵ ਬ੍ਰਿੰਦ ਗਿਰ ਰਾਜੇ, ਜਿਤਨੇ ਵੀ ਉਮਰਾਵ ਹਨ ਤੇ ਜਿਤਨੇ ਪਹਾੜੀ ਰਾਜੇ ਹਨ, ਮਿਲੇ ਏਕ ਥਲ ਮਸਲਤ ਕਾਜੇ, ਇਹ ਸਾਰੇ ਇੱਕ ਥਾਂ ਤੇ ਇਕੱਠੇ ਹੋ ਕੇ ਸਲਾਹ ਕਰਦੇ ਹਨ। ਸਗਲ ਵਕੀਲ ਭਏ ਮੌਜੂਦ, ਸਾਰੇ ਦੇ ਸਾਰੇ ਰਾਜਿਆਂ ਦੇ ਜਿਹੜੇ ਵਕੀਲ ਹਨ ਉਹ ਵੀ ਇਕੱਠੇ ਹੋਏ ਨੇ। ਤਾਂ ਬੋਲਿਓ ਖਵਾਜਾ ਮਰਦੂਦ, ਉਹਨਾਂ ਸਾਰਿਆਂ ਦੇ ਵਿੱਚ ਖਵਾਜਾ ਮਰਦੂਦ ਫਿਰ ਇਸ ਤਰ੍ਹਾਂ ਬੋਲਿਆ ਹੈ, ਹਜ਼ਰਤ ਲਿਖ ਭੇਜਿਓ ਪਰਵਾਨਾ। ਖਵਾਜਾ ਮਰਦੂਦ ਕਹਿਣ ਲੱਗਾ ਕਿ ਔਰੰਗਜ਼ੇਬ ਨੇ ਇਸ ਤਰ੍ਹਾਂ ਚਿੱਠੀ ਲਿਖ ਕੇ ਭੇਜੀ ਹੈ, ਜੇ ਮਾਤਾ ਚਾਹੇ ਧਰਮ ਇਮਾਨ। ਉਧਰ ਮਾਤਾ ਗੁਜਰ ਕੌਰ ਜੀ ਵੀ ਉਹਨਾਂ ਦੇ ਨਾਲ ਵੀ ਗੱਲ ਹੋਈ ਸੀ ਕਿ ਉਹ ਵੀ ਕਹਿੰਦੇ ਨੇ ਕਿ ਤੁਸੀਂ ਕਸਮ ਕੁਰਾਨ ਦੇ ਖੁਦਾ ਦੀ ਚੁੱਕ ਕੇ ਇਹ ਸਾਰਾ ਕੁਝ ਸਤਿਗੁਰਾਂ ਦੇ ਅੱਗੇ ਲਿਆ ਕੇ ਰੱਖੋ, ਇਮ ਲਿਖ ਪਠੋ ਨਾ ਬਿਲਮ ਲਗਾਵੋ, ਜਿਵੇਂ ਵੀ ਮਾਤਾ ਜੀ ਨੂੰ ਜਿਵੇਂ ਵੀ ਸਤਿਗੁਰਾਂ ਨੂੰ ਭਰੋਸਾ ਆ ਜਾਵੇ ਆਪਣੇ ਤੇ ਉਦਾਂ ਕਰਕੇ ਭੇਜੋ, ਦੇਰੀ ਨਾ ਲਾਓ। ਸਭ ਰਾਜੇ ਦੇਜ ਭਲੇ ਬੁਲਾਵੋ, ਸਾਰੇ ਦੇ ਸਾਰੇ ਜਿਤਨੇ ਰਾਜੇ ਨੇ ਉਹ ਆਪਣੇ ਜਿਹੜੇ ਚੰਗੇ ਬ੍ਰਾਹਮਣ ਨੇ ਉਹਨਾਂ ਨੂੰ ਨਾਲ ਇਕੱਠਿਆਂ ਕਰ ਲਵੋ, ਇਤ ਅੰਤਰ ਤੇ ਨਿਕਸ ਨਹਾਰੇ, ਇਧਰ ਸਤਿਗੁਰੂ ਮਹਾਰਾਜ ਨਾ ਤੇ ਆਪਣੇ ਕੋਲੋਂ ਹਾਰੇ ਹਨ ਤੇ ਨਾ ਉਹਨਾਂ ਨੇ ਕਿਲਾ ਛੱਡਿਆ ਹੈ, ਉਹ ਹਜ਼ਰਤ ਤੂਰੰਤਾ ਧਾਰੇ, ਇਹ ਕਹਿੰਦੇ ਨੇ ਕਿ ਉਧਰ ਬਾਦਸ਼ਾਹ ਨੇ ਕਾਲੀ ਪਾਈ ਹੋਈ ਹੈ ਤੇ ਇਧਰ ਸਤਿਗੁਰੂ ਮਹਾਰਾਜ ਦ੍ਰਿੜ ਹੋ ਕੇ ਬੈਠੇ ਹਨ, ਜਿਨ ਮਹਿ ਇੱਕ ਦੋਏ ਸ਼ੁਤਰ ਸੌਰ, ਇਤਨੀ ਦੂਰ ਹੈ ਪਰ ਫਿਰ ਵੀ ਔਰੰਗਜ਼ੇਬ ਵਾਰ ਵਾਰ ਰੋਜ਼ ਦੀ ਰੋਜ਼ ਕਿਸੇ ਨਾ ਕਿਸੇ ਨੂੰ ਸੁਨੇਹਾ ਦੇ ਕੇ ਭੇਜਦਾ ਰਹਿੰਦਾ ਹੈ, ਭੇਜਤ ਸ਼ਾਹ ਅਹੇ ਬਹੁ ਦੂਰ, ਚਾਹੇ ਉਹ ਬੜੀ ਦੂਰ ਦੱਖਣ ਦੇ ਵਿੱਚ ਬੈਠਾ ਹੈ ਪਰ ਫਿਰ ਵੀ ਉਹਦੀ
ਜੀ ਮਨ ਦੇ ਵਿੱਚ ਬੜੀ ਫਿਕਰ ਹੈ ਤੇ ਉਹ ਰੋਜ਼ ਸੁਨੇਹੇ ਭੇਜ ਰਿਹਾ ਹੈ। ਕਹਿਓ ਵਜ਼ੀਰ ਕਰੋ ਅਬ ਤਿਆਰ। ਇਧਰ ਵਜ਼ੀਰ ਖਾਂ ਵੀ ਕਹਿਣ ਲੱਗਾ ਕਿ ਹਾਂ ਬਿਲਕੁਲ ਤਿਆਰੀ ਕਰਨੀ ਚਾਹੀਦੀ ਹੈ। ਸੈਯਦ ਦਜਬਰ ਲੀਨ ਹਕਾਰ। ਇਸ ਤਰ੍ਹਾਂ ਦੇ ਨਾਲ ਸਲਾਹ ਕਰਕੇ ਇਸਲਾਮ ਦੇ ਵਿੱਚ ਸੈਯਦ ਮਹਾਨ ਨੇ ਔਰ ਹਿੰਦੂ ਮਤ ਦੇ ਵਿੱਚ ਬ੍ਰਾਹਮਣ, ਤੋ ਇਹਨਾਂ ਦੋਨਾਂ ਨੂੰ ਇਕੱਠਿਆਂ ਕੀਤਾ ਗਿਆ ਹੈ। ਧੇਨ ਚੂਨ ਕੇ ਧਰ ਕਰ ਥਾਲੀ। ਇਹਨਾਂ ਨੇ ਫਿਰ ਇਸ ਤਰ੍ਹਾਂ ਕੀਤਾ ਕਿ ਇੱਕ ਆਟੇ ਦੀ ਗਾਂ ਬਣਾ ਕੇ ਉਹਨੂੰ ਥਾਲੀ ਦੇ ਵਿੱਚ ਰੱਖ ਦਿੱਤਾ ਹੈ। ਰੱਖੇ ਸਾਲ ਗ੍ਰਾਮ ਅਗਾਰੀ। ਔਰ ਫਿਰ ਥਾਲੀ ਦੇ ਵਿੱਚ ਸਾਲ ਗ੍ਰਾਮ ਜਿਹੜੇ ਪੱਥਰ ਨੇ ਠਾਕੁਰ ਜਿਨ੍ਹਾਂ ਦੀ ਹਿੰਦੂ ਲੋਕ ਪੂਜਾ ਕਰਦੇ ਨੇ ਉਹ ਵੀ ਰੱਖੇ ਹਨ। ਲਿਖ ਕਾਗਜ਼ ਪਰ ਕਸਮ ਸਭਨ ਕੀ। ਔਰ ਇੱਕ ਕਾਗਜ਼ ਦੇ ਉੱਪਰ ਲਿਖ ਕੇ ਸਾਰਿਆਂ ਦੇ ਵੱਲੋਂ ਜਿਹਦੇ ਤੇ ਸਹੁੰ ਲਿਖੀ ਹੋਈ ਸੀ। ਧੇਨ ਨਿਕਟ ਧਰ ਛੁਰੀ ਨਗਨ ਕੀ। ਔਰ ਫਿਰ ਗਾਂ ਦੇ ਨੇੜੇ ਉਹ ਜਿਹੜੀ ਆਟੇ ਦੀ ਬਣਾਈ ਹੋਈ ਗਾਂ ਠਾਕੁਰ ਸਨ ਉਹਨਾਂ ਦੇ ਨੇੜੇ ਉਹ ਕਾਗਜ਼ ਵੀ ਰੱਖ ਦਿੱਤਾ ਤੇ ਨਾਲ ਇੱਕ ਨੰਗੀ ਕਰਕੇ ਛੁਰੀ ਕਰਦ ਰੱਖ ਦਿੱਤੀ ਹੈ। ਸ੍ਰੀ ਗੁਰ ਤਕ ਹੈ ਜੇ ਬੁਰਾ ਤਿਉਹਾਰੋ। ਔਰ ਇਹ ਇਸ ਕਰਕੇ ਰੱਖਿਆ ਸੀ ਕਿ ਹੇ ਸਤਿਗੁਰੂ ਮਹਾਰਾਜ ਜੇਕਰ ਅਸੀਂ ਤੁਹਾਡੇ ਬਾਰੇ ਬੁਰਾ ਸੋਚੀਏ। ਲਗੇ ਪਾਪ ਗੋ ਵੱਧ ਕੋ ਭਾਰੋ। ਮਹਾਰਾਜ ਇਹ ਗਾਂ ਇਸ ਗੱਲ ਦਾ ਛੁਰੀ ਇਸ ਗੱਲ ਦਾ ਪ੍ਰਤੀਕ ਹੈ, ਅਸੀਂ ਜੇ ਤੁਹਾਡੇ ਤੇ ਵਾਰ ਕਰੀਏ ਹਮਲਾ ਕਰੀਏ ਸਾਨੂੰ ਗਊ ਵੱਧ ਦਾ ਪਾਪ ਲੱਗੇਗਾ, ਕਿਉਂਕਿ ਗਊ ਵੱਧ ਕਰਨਾ ਗਾਂ ਦੀ ਹੱਤਿਆ ਕਰਨੀ ਹਿੰਦੂ ਮਤ ਦੇ ਵਿੱਚ ਮਹਾ ਪਾਪ ਹੈ। ਸਭ ਹਮ ਪਰੇ ਧਰਮ ਤੇ ਦੂਰ। ਮਹਾਰਾਜ ਫਿਰ ਅਸੀਂ ਸਾਰੇ ਦੇ ਸਾਰੇ ਧਰਮ ਤੋਂ ਦੂਰ ਹੋ ਜਾਵਾਂਗੇ। ਜੋ ਤੁਮ ਸੋ ਹਮ ਬੋਲੇ ਕੂੜ। ਜੇਕਰ ਮਹਾਰਾਜ ਅਸੀਂ ਤੁਹਾਡੇ ਨਾਲ ਝੂਠ ਬੋਲੀਏ ਬੇਈਮਾਨੀ ਕਰੀਏ। ਸਾਲ ਗ੍ਰਾਮ ਇਸ਼ਟ ਕੀਆ। ਮਹਾਰਾਜ ਸਾਨੂੰ ਆਪਣੇ ਸਾਲ ਗ੍ਰਾਮ ਆਪਣੇ ਪੂਜਨੀਤ ਠਾਕੁਰਾਂ ਦੀ ਇਹ ਕਸਮ ਹੈ। ਤਕੇ ਬੁਰਾ ਅਗ ਲੱਗ ਹੈਆਨ। ਮਹਾਰਾਜ ਜੇ ਅਸੀਂ ਤੁਹਾਡਾ ਬੁਰਾ ਸੋਚੀਏ ਤੇ ਸਾਡੀ ਕਸਮ ਦੂਰ ਹੋਵੇਗੀ, ਕਸਮ ਟੁੱਟੇਗੀ ਤੇ ਸਾਨੂੰ ਮਹਾ ਪਾਪ ਲੱਗੇਗਾ। ਜੰਮੂ ਪਤ ਭੂਪਤ ਕਹਿ ਲੂਰੀ। ਇੱਧਰ ਜਿਤਨੇ ਜੰਮੂ ਦੇ ਭਾਵ ਕੇ ਜਿਹੜਾ ਜੰਮੂ ਦਾ ਇਲਾਕਾ ਹੈ, ਜੰਮੂ ਕਸ਼ਮੀਰ ਦੇ ਰਾਜੇ ਨੇ, ਫਿਰ ਕਹਿਲੂਰ ਦਾ ਜਿਹੜਾ ਰਾਜਾ ਹੈ। ਗਿਰਪਤ ਸਭ ਆਦਿਕ ਹੰਡੂਰੀ। ਫਿਰ ਜਿਤਨੇ ਪਹਾੜੀ ਰਾਜੇ ਨੇ, ਕਹਿਲੂਰ ਦਾ ਰਾਜਾ, ਹੰਡੂਰ ਦਾ ਰਾਜਾ, ਜੰਮੂ ਦਾ, ਸ੍ਰੀਨਗਰ ਦਾ ਰਾਜਾ, ਇਹ ਬਾਈ ਤਾਰ ਦੇ ਸਾਰੇ ਰਾਜੇ। ਲਿਖ ਲਿਖ ਸਫਤ ਮੂਹਰ ਸਭ ਕਰੇ। ਇਹਨਾਂ ਸਾਰਿਆਂ ਨੇ ਇੱਕ ਕਾਗਜ਼ ਦੇ ਉੱਪਰ ਸਹੁੰ ਦੀ ਗੱਲ ਲਿਖ ਕੇ, ਕਸਮ ਦੀ ਗੱਲ ਲਿਖ ਕੇ ਆਪਣੀ ਆਪਣੀ ਮੋਹਰ ਲਾਈ ਹੈ। ਜਿਜਬਰ ਅਰ ਵਕੀਲ ਤਿਸ ਘਰੀ। ਔਰ ਇੱਕ ਸਿਆਣਾ ਜਿਹੜਾ ਬ੍ਰਾਹਮਣ ਸੀ ਉਹਦੇ ਅੱਗੇ ਇਹ ਸਾਰਾ ਕੁਝ ਰੱਖਿਆ ਹੈ। ਸੈਯਦ ਸਿਰ ਪਰ ਧਰੇ ਕੁਰਾਨ। ਉਧਰ ਜਿਹੜਾ ਇਸਲਾਮ ਦਾ ਸੈਯਦ ਹੈ ਉਹਨੇ ਵੀ ਆਪਣੇ ਸਿਰ ਤੇ ਕੁਰਾਨ ਸ਼ਰੀਫ ਰੱਖ ਲਈ ਹੈ। ਲਿਖਾ ਨੁਰੰਗ ਕਾਲੀਨ ਸਪਾਨ। ਔਰ ਔਰੰਗਜ਼ੇਬ ਦੇ ਵੱਲੋਂ ਆਈ ਹੋਈ ਕਸਮ ਵਾਲੀ ਚਿੱਠੀ ਉਹ ਵੀ ਉਹਨਾਂ ਨੇ ਨਾਲ ਲੈ ਲਈ ਹੈ। ਦੋਨੋ ਕੋ ਵਾਗੈ ਸਭ ਕਰਕੇ। ਇਸ ਤਰ੍ਹਾਂ ਸੈਯਦ ਤੇ ਬ੍ਰਾਹਮਣ ਨੂੰ ਇਹ ਕਸਮ ਤੇ ਗਾਂ ਆਟੇ ਦੀ ਬਣੀ ਹੋਈ ਤੇ ਕੁਰਾਨ ਸ਼ਰੀਫ ਸੈਯਦ ਨੂੰ ਦੇ ਕੇ ਅੱਗੇ ਕਰ ਲਿਆ ਹੈ। ਬ੍ਰਿੰਦ ਵਕੀਲ ਗਏ ਗੱਡ ਵਰਕੈ। ਬਹੁਤ ਸਾਰੇ ਜਿਹੜੇ ਇਧਰੋਂ ਵਕੀਲ ਨੇ ਮੁਗਲਾਂ ਦੇ ਤੇ ਪਹਾੜੀਆਂ ਦੇ ਉਹ ਕਿਲੇ ਵਿੱਚ ਪਹੁੰਚੇ ਹਨ। ਪ੍ਰਥਮ ਗੁਰੂ ਪਗ ਬੰਦਨ ਕੀਨ। ਇਹਨਾਂ ਜਾ ਕੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਸ਼ਾਹ ਹਕੀਕਤ ਸਭ ਕਹਿ ਦੀਨ। ਔਰ ਬਾਦਸ਼ਾਹ ਦੇ ਵੱਲੋਂ ਆਈ ਚਿੱਠੀ ਦੀ ਸਾਰੀ ਸਚਾਈ ਸਤਿਗੁਰਾਂ ਦੇ ਅੱਗੇ ਬਿਆਨ ਕੀਤੀ ਹੈ। ਇਹ ਦੇਖੋ ਹਜ਼ਰਤ ਨੇ ਜਹਾਥ। ਮਹਾਰਾਜ ਆ ਦੇਖੋ ਬਾਦਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਲਿਖ ਕਰ ਪਠਿਓ ਆਪ ਕੇ ਸਾਰ। ਆ ਲਿਖ ਕੇ ਸਤਿਗੁਰੂ ਆਪ ਦੇ ਤਾਈ ਇੱਕ ਸੋਹਣੀ ਵਧੀਆ ਚਿੱਠੀ ਭੇਜੀ ਹੈ। ਇਹ ਸੈਯਦ ਸਿਰ ਧਰੀ ਕੁਰਾਨ। ਆ ਦੇਖੋ ਮਹਾਰਾਜ ਇਹ ਸੈਯਦ ਹੈ, ਇਹਨੇ ਸਿਰ ਦੇ ਉੱਪਰ ਕੁਰਾਨ ਚੁੱਕੀ ਹੋਈ ਹੈ। ਕਸਮ ਪੈਗੰਬਰ ਲਿਖੀ ਮਹਾਨ। ਔਰ ਆ ਜਿਹੜੀ ਚਿੱਠੀ ਹੈ ਔਰੰਗਜ਼ੇਬ ਦੀ, ਇਹਦੇ ਵਿੱਚ ਵੱਡੀ ਕਸਮ ਜੋ ਖੁਦਾ ਦੀ ਹੈ ਉਹ ਵੀ ਲਿਖੀ ਹੈ। ਬੀਚ ਖੁਦਾਏ ਦਿਓ ਕਰਨੇ ਹੋ। ਇਹਦੇ ਉੱਪਰ ਪੈਗੰਬਰ ਦੀ ਕਸਮ ਹੈ ਤੇ ਜੋ ਸਭ ਤੋਂ ਵੱਡਾ ਖੁਦਾ ਹੈ ਉਹਨੂੰ ਵੀ ਨਾਲ ਸ਼ਾਮਲ ਕੀਤਾ ਹੈ। ਮਿਲਬੇ ਕੀ ਅਬਲਾਖ ਅਸ਼ੇ ਹੋ। ਔਰੰਗਜ਼ੇਬ ਦੇ ਅੰਦਰ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਬਹੁਤ ਭਾਰੀ ਇੱਛਾ ਹੈ। ਇਹ ਦਿਜ ਸਭ ਗਿਰਪਤਨ ਪਠਾਇਓ। ਔਰ ਮਹਾਰਾਜ ਇਹ ਜਿਹੜਾ ਬ੍ਰਾਹਮਣ ਹੈ ਇਹ ਸਾਰੇ ਪਹਾੜੀ ਰਾਜਿਆਂ ਦੇ ਵੱਲੋਂ ਭੇਜਿਆ ਗਿਆ ਹੈ। ਸਾਲ ਗ੍ਰਾਮ ਸਿਰ ਧਰ ਕਰ ਆਇਓ। ਔਰ ਮਹਾਰਾਜ ਇਹ ਵੀ ਆਪਣੇ ਸਿਰ ਤੇ ਆਪਣਾ ਸਾਲ ਗ੍ਰਾਮ ਆਪਣਾ ਠਾਕੁਰ ਲੈ ਕੇ ਆਇਆ ਹੈ। ਨਿਜ ਨਿਜ ਮੋਹਰ ਲਿਖਤ ਕਰ ਦੀਨੀ। ਮਹਾਰਾਜ ਆ
ਦੇਖੋ ਕਾਗਜ਼ ਦੇ ਉੱਪਰ ਸਾਰੇ ਰਾਜਿਆਂ ਨੇ ਲਿਖ ਕੇ ਤੇ ਆਪਣੀ ਆਪਣੀ ਮੋਹਰ ਲਾ ਕੇ ਦਿੱਤੀ ਹੈ। ਥਾੜੀ ਵਿਖੇ ਧੀਨ ਫਿਰ ਕੀਨੀ, ਆ ਦੇਖੋ ਮਹਾਰਾਜ ਉਹਨਾਂ ਨੇ ਆਪਣੇ ਵੱਲੋਂ ਇਸ਼ਾਰਾ ਦੇ ਤੌਰ ਤੇ ਇਹ ਗਾਂ ਵੀ ਭੇਜੀ ਹੋਈ ਹੈ ਥਾਲੀ ਦੇ ਵਿੱਚ ਰੱਖ ਕੇ। ਅਬ ਤੋ ਕਰੋ ਹਿਰਦੇ ਵਿਸ਼ਵਾਸ, ਹੇ ਮਾਲਕ ਜੀ ਹੁਣ ਤੇ ਸਾਡੇ ਤੇ ਭਰੋਸਾ ਕਰੋ, ਅਸੀਂ ਇਤਨਾ ਕੁਝ ਕੀਤਾ ਹੈ। ਚੱਲ ਕਰ ਮਿਲੋ ਸ਼ਾਹ ਚਾਹੇ ਪਾਸ, ਮਹਾਰਾਜ ਤੁਹਾਨੂੰ ਬਾਰਿਸ਼ਾਂ ਮਿਲਣਾ ਚਾਹੁੰਦਾ ਹੈ, ਇੱਕ ਵਾਰੀ ਜਾ ਕੇ ਤੁਸੀਂ ਬਾਰਿਸ਼ਾਂ ਦੇ ਨਾਲ ਮਿਲਣਾ ਕਰੋ। ਸੁਣ ਗੁਰ ਨਹਿ ਮਨ ਵੱਲ ਜਾਵਤ ਪਏ, ਸਤਿਗੁਰੂ ਮਹਾਰਾਜ ਨੇ ਉਹਨਾਂ ਦੀ ਸਾਰਿਆਂ ਦੀ ਗੱਲ ਨੂੰ ਧਿਆਨ ਦੇ ਨਾਲ ਸੁਣਿਆ, ਪਰ ਸਤਿਗੁਰਾਂ ਨੇ ਕਿਸੇ ਦੀ ਗੱਲ ਨੂੰ ਮੰਨਿਆ ਨਹੀਂ ਹੈ। ਤਾਂ ਮਾਤਾ ਕੇ ਤੀਰ ਸਦਾਏ, ਫਿਰ ਉਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਵੱਲੋਂ ਉਦਾਸ ਹੋ ਕੇ ਨਾਰਾਜ਼ ਹੋ ਕੇ ਮਾਤਾ ਜੀ ਦੇ ਕੋਲ ਗਏ ਤੇ ਮਾਤਾ ਗੁਜਰ ਕੌਰ ਜੀ ਦੇ ਨਾਲ ਉਹਨਾਂ ਨੇ ਸਲਾਹ ਕੀਤੀ ਹੈ। ਮਾਤਾ ਗੁਜਰ ਕੌਰ ਜੀ ਨੂੰ ਮਨਾ ਰਹੇ ਨੇ। ਇਹ ਸਾਰੀ ਗੱਲ ਸਿੱਖਾਂ ਨੂੰ ਵੀ ਪਤਾ ਚੱਲੀ ਹੈ ਕਿ ਸਤਿਗੁਰੂ ਮਹਾਰਾਜ ਅਜੇ ਵੀ ਮੰਨਦੇ ਨਹੀਂ, ਤੇ ਕੁਝ ਸਿੱਖ ਜਿਹੜੇ ਨੇ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਨੇ, ਸਤਿਗੁਰਾਂ ਦੇ ਨਾਲ ਅਜੇ ਘੱਟ ਪਿਆਰ ਹੈ, ਉਹਨਾਂ ਨੇ ਫਿਰ ਸਲਾਹ ਕੀਤੀ ਕਿ ਆਪਾਂ ਕਿਉਂ ਨਾ ਸਤਿਗੁਰੂ ਮਹਾਰਾਜ ਜੀ ਨੂੰ ਵਿਦਾਵਾ ਲਿਖ ਕੇ ਦੇ ਦਈਏ। ਜਦੋਂ ਆਪਾਂ ਵੀ ਵਿਦਾਵਾ ਲਿਖ ਕੇ ਦੇਵਾਂਗੇ, ਉਧਰੋਂ ਕਸਮ ਆਈ ਹੈ ਮਾਤਾ ਗੁਜਰ ਕੌਰ ਜੀ ਇੱਧਰ ਬੇਨਤੀਆਂ ਕਰਨਗੇ, ਸਤਿਗੁਰੂ ਮਹਾਰਾਜ ਮੰਨ ਜਾਣਗੇ। ਤੋ ਸਿੰਘਾਂ ਨੇ ਆਖਿਆ ਕਿ ਮਹਾਰਾਜ ਅਸੀਂ ਫਿਰ ਜਾਣਾ ਚਾਹੁੰਦੇ ਹਾਂ, ਜੇ ਤੁਸੀਂ ਨਹੀਂ ਜਾਣਾ ਤੇ ਸਾਨੂੰ, ਕੁਝ ਸਿੰਘਾਂ ਨੇ ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ, ਭਾਈ ਅਸੀਂ ਤੇ ਨਹੀਂ ਜਾਣਾ, ਔਰ ਜਿਹੜੇ ਸਾਡੇ ਨਾਲ ਰਹਿਣ ਵਾਲੇ ਨੇ ਉਹ ਵੀ ਨਹੀਂ ਜਾਣਗੇ, ਜੇਕਰ ਤੁਸੀਂ ਜਾਣਾ ਹੈ ਤੇ ਫਿਰ ਵਿਦਾਵਾ ਲਿਖ ਕੇ ਦੇ ਕੇ ਜਾਓ। ਤੋ ਇੱਥੇ ਫਿਰ ਕੁਝ ਸਿੰਘ ਜਿਹੜੇ ਨੇ ਉਹਨਾਂ ਨੇ ਵਿਦਾਵਾ ਲਿਖ ਕੇ ਦੇਣ ਦਾ ਇਸ ਤਰ੍ਹਾਂ ਦੇ ਨਾਲ ਸਲਾਹ ਕੀਤੀ ਹੈ। ਕਾਗਜ਼ ਦੀ ਕਲਮ ਰੋਸ਼ਨ ਆਈ, ਉਹਨਾਂ ਨੇ ਉਸੇ ਵੇਲੇ ਇੱਕ ਕਾਗਜ਼ ਔਰ ਇੱਕ ਕਲਮ ਜਿਹੜੀ ਹੈ ਉਹ ਚੁੱਕ ਲਈ। ਸ੍ਰੀ ਕਲਗੀ ਧਰ ਪਾਸ ਰਖਾਈ, ਸਤਿਗੁਰੂ ਮਹਾਰਾਜ ਜੀ ਨੇ ਉਹ ਕਲਮ ਔਰ ਕਾਗਜ਼ ਆਪਣੇ ਕੋਲ ਰੱਖ ਲਿਆ ਹੈ। ਲਾਗੇ ਲਿਖਣ ਵਿਦਾਵਾ ਸਾਰੇ, ਕੁਝ ਜਿਹੜੇ ਸਿੰਘ ਨੇ ਜਿਹੜੇ ਸਤਿਗੁਰਾਂ ਨੂੰ ਘੱਟ ਤੇ ਆਪਣੇ ਪ੍ਰਾਣਾਂ ਨੂੰ ਜ਼ਿਆਦਾ ਪਿਆਰ ਕਰਦੇ ਸਨ ਤੇ ਦੁਖੀ ਹੋਏ ਪਏ ਸਨ ਭੁੱਖ ਦੇ ਕਰਕੇ, ਉਹ ਸਾਰੇ ਵਿਦਾਵਾ ਲਿਖਣ ਲੱਗੇ ਹਨ। ਚਾਹੇ ਬਚਾਇਓ ਪ੍ਰਾਣਨ ਪਿਆਰੇ, ਕਿਉਂਕਿ ਉਹਨਾਂ ਨੂੰ ਪ੍ਰਾਣ ਪਿਆਰੇ ਨੇ, ਉਹ ਪ੍ਰਾਣ ਬਚਾਉਣਾ ਚਾਹੁੰਦੇ ਹਨ। ਮਹਾ ਕਸ਼ਟ ਸਭ ਕੋ ਤਬ ਹੋਵਾ, ਕਿਉਂਕਿ ਇਹ ਵਿਦਾਵਾ ਲਿਖਣਾ ਵੀ ਕੋਈ ਸੌਖਾ ਥੋੜੀ ਨਾ ਸੀ, ਉਹ ਬੜੇ ਦੁਖੀ ਹੋ ਕੇ ਵਿਦਾਵਾ ਲਿਖਦੇ ਹਨ। ਕਰਿਓ ਜੋ ਪ੍ਰਾਣ ਸੋ ਸਗਰੋ ਖੋਵਾ, ਕਿਉਂਕਿ ਉਹ ਵੀ ਜਾਣਦੇ ਨੇ ਕਿ ਜਿਹੜਾ ਅਸੀਂ ਪਰਨ ਕੀਤਾ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਦੇ ਸਮੇਂ, ਉਹ ਸਾਰਾ ਖਤਮ ਹੋ ਗਿਆ ਹੈ। ਗੁਰੂ ਤਜੇ ਨਹਿ ਤਜੋ ਸਰੀਰ, ਕਿਉਂਕਿ ਅਸੀਂ ਤੇ ਪ੍ਰਣ ਕੀਤਾ ਸੀ ਕਿ ਪ੍ਰਾਣ ਛੱਡਾਂਗੇ ਗੁਰੂ ਨਹੀਂ, ਪਰ ਅੱਜ ਅਸੀਂ ਗੁਰੂ ਛੱਡ ਰਹੇ ਹਾਂ, ਅਜੇ ਪ੍ਰਾਣ ਸਾਡੇ ਹੈਗੇ ਨੇ। ਪਛਤਾਵਤ ਚਿੱਤ ਭਏ ਅਧੀਰ, ਇਸ ਤਰ੍ਹਾਂ ਦੇ ਨਾਲ ਅਧੀਰ ਹੋਏ ਹੋਏ ਬੇਆਸਰੇ ਹੋਏ ਹੋਏ ਪਛਤਾ ਰਹੇ ਨੇ, ਦੁਖੀ ਹਨ। ਵਿਖੇ ਪਰਸਪਰ ਲਿਖਤੇ ਜਾਹੇ, ਬਸ ਇੱਕ ਦੂਸਰੇ ਦੇ ਵੱਲ ਦੇਖ ਕੇ ਫਿਰ ਵੀ ਬਹੁਤ ਸਾਰੇ ਸਿੰਘ ਜਿਹੜੇ ਨੇ ਉਹ ਵਿਦਾਵਾ ਲਿਖ ਰਹੇ ਹਨ। ਹੋਏ ਉਦਾਸ ਗੁਰੂ ਲਿਖਵਾਹੇ, ਸਤਿਗੁਰੂ ਮਹਾਰਾਜ ਖਾਮੋਸ਼ ਬੈਠੇ ਹੋਏ ਨੇ। ਜਿਹੜਾ ਆ ਰਿਹਾ ਹੈ, ਜਿਹਨੇ ਬਾਹਰ ਜਾਣਾ ਹੈ, ਜਿਹਨੂੰ ਜਾਣ ਪਿਆਰੀ ਹੈ, ਜੋ ਗੁਰੂ ਪਾਣੇ ਤੋਂ ਉਲਟ ਚੱਲਦਾ ਹੈ, ਬਾਹਰ ਜਾਣ ਦੀ ਇੱਛਾ ਰੱਖਦਾ ਹੈ, ਉਹਦੇ ਕੋਲੋਂ ਸਤਿਗੁਰੂ ਵਿਦਾਵਾ ਲਿਖਾਉਂਦੇ ਹਨ। 40 ਸਿੰਘ ਰਹੇ ਹੱਠ ਤਾਰ, ਭਾਈ ਸਾਹਿਬ ਕਹਿੰਦੇ ਨੇ ਕਿ ਬਸ ਥੋੜੇ ਜੇ ਜਿਹੜੇ ਸਿੰਘ ਨੇ ਉਹੀ ਸਤਿਗੁਰੂ ਮਹਾਰਾਜ ਜੀ ਦੇ ਕੋਲ ਰਹਿ ਗਏ ਹਨ। ਨਹੀਂ ਲਿਖੇ ਗੁਰ ਕੀਨ ਉਚਾਰ, ਉਹਨਾਂ ਨੇ ਵਿਦਾਵਾ ਨਹੀਂ ਲਿਖਿਆ, ਬਾਕੀ ਤਕਰੀਬਨ 40-42 ਸਿੰਘ ਜਿਹੜੇ ਸਨ ਉਹਨਾਂ ਸਾਰਿਆਂ ਨੇ ਵਿਦਾਵਾ ਲਿਖ ਦਿੱਤਾ ਹੈ। ਤੂੰ ਵੀ ਲਿਖੋ ਬਨੋ ਸਭ ਸੰਗੀ, ਜਿਹੜੇ ਨੇੜੇ ਹੋਰ ਬੈਠੇ ਸਨ, ਸਤਿਗੁਰੂ ਕਹਿਣ ਲੱਗੇ ਭਾਈ ਜਿਹਨੇ ਜਾਣਾ ਹੈ ਹੁਣ ਤੁਸੀਂ ਵੀ ਵਿਦਾਵਾ ਲਿਖ ਦੇਵੋ। ਕਿਉਂ ਹਟ ਰਹੇ ਨਾ ਹੋਏ ਇੱਕ ਸਰੰਗੀ, ਇਹ ਸਾਰੇ ਵਿਦਾਵਾ ਲਿਖ ਰਹੇ ਨੇ, ਤੁਸੀਂ ਇਹਨਾਂ ਦੇ ਨਾਲ ਕਿਉਂ ਨਹੀਂ ਰਲਦੇ, ਤੁਸੀਂ ਵੀ ਲਿਖੋ ਤੇ ਜੇ ਕਿਸੇ ਨੇ ਜਾਣਾ ਹੈ ਜਾ ਸਕਦਾ ਹੈ। ਉਦੈ ਸਿੰਘ ਆਲਮ ਸਿੰਘ ਆਦਿ, ਜਿਹੜੇ ਭਾਈ ਉਦੈ ਸਿੰਘ ਜੀ, ਭਾਈ ਆਲਮ ਸਿੰਘ ਆਦਿਕ ਹੋਰ ਸਿੱਖ ਬੈਠੇ ਸਨ, ਸੁਣ ਪਿਹ ਕੈ ਬਿਸਮੈ ਸੰਵਾਦ, ਉਹ ਸਾਰੇ ਦੇ ਸਾਰੇ ਸਿੰਘ ਜਿਹੜੇ ਪਿਆਰ ਵਾਲੇ ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਜੀ ਬੈਠੇ ਸਨ, ਉਹ ਸਾਰੇ ਦੇਖ ਕੇ ਬੜੇ ਹੈਰਾਨ ਹਨ। ਕਹਿਣ ਲੱਗੇ ਹਮ ਲਿਖੇ ਨਾ ਕੋਈ, ਇਹ ਕੁਝ ਸਿੰਘ ਕਹਿੰਦੇ ਨੇ ਮਹਾਰਾਜ ਅਸੀਂ ਵਿਦਾਵਾ ਨਹੀਂ ਲਿਖ ਕੇ ਦੇਵਾਂਗੇ। ਘਾੜੀ ਘਾਲ ਬਾਦ ਹੋਏ ਸੋਈ, ਮਹਾਰਾਜ ਕਈ ਜਨਮਾਂ ਦੀ ਘਾਲਣਾ ਘਾਲ ਕੇ ਤੁਹਾਡੀ ਚਰਨਾਂ ਦਾ ਪਿਆਰ ਮਿਲਿਆ ਹੈ, ਉਹ ਸਾਰਾ ਕੁਝ ਬੇਕਾਰ ਹੋ ਜਾਵੇਗਾ। ਦੋਨੋਂ ਲੋਕਾਂ ਸੰਗ ਸਹਾਈ, ਮਹਾਰਾਜ ਤੁਸੀਂ ਤੇ ਸਾਡੇ ਦੋਨਾਂ ਲੋਕਾਂ ਦੇ ਵਿੱਚ ਅੰਗ ਸੰਗ ਸਹਾਈ ਹੋਣ ਵਾਲੇ ਹੋ। ਐਸੇ ਗੁਰ ਕੋ ਕਿਉਂ ਕਰ ਤਜ ਜਾਈ, ਦੋ ਲੋਕਾਂ
ਦੂਜਿਆਂ ਦਾ ਸਹਾਈ ਹੋਵੇ, ਐਸੇ ਗੁਰੂ ਨੂੰ ਅਸੀਂ ਕਿਵੇਂ ਛੱਡ ਕੇ ਜਾ ਸਕਦੇ ਹਾਂ? ਨਿਕਸੋ ਦੁਰਗ ਕੇ ਰਹੀਏ ਅੰਤਰ। ਮਹਾਰਾਜ, ਭਾਵੇਂ ਤੁਸੀਂ ਬਾਹਰ ਜਾਓ ਤੇ ਚਾਹੇ ਕਿਲੇ ਦੇ ਵਿੱਚ ਹੀ ਰਹਿਣਾ ਕਰੋ, ਹਮ ਨਾ ਸ਼ੋਰੈ ਸੰਗ ਨਿਰੰਤਰ। ਮਾਲਕ ਜੀ, ਅਸੀਂ ਇੱਕ ਰਸ ਤੁਹਾਡੇ ਚਰਨੀ ਰਹਾਂਗੇ, ਅਸੀਂ ਤੁਹਾਡਾ ਲੜ ਨਹੀਂ ਛੱਡਾਂਗੇ। ਇੱਕ ਦੋ ਵਾਰ ਕਹਿਓ ਗੁਰ ਫੇਰ। ਇੱਕ ਦੋ ਵਾਰ ਸਤਿਗੁਰਾਂ ਨੇ ਉਹਨਾਂ ਨੂੰ ਫੇਰ ਆਖਿਆ ਕਿ ਜੇ ਕਿਸੇ ਨੇ ਜਾਣਾ ਹੈ ਜਾ ਸਕਦਾ ਹੈ। ਕਿਉਂ ਤੁਮ ਲਿਖੋ ਨਾ ਲਾਭ ਹੋ ਦੇਰ। ਸਤਿਗੁਰੂ ਕਹਿਣ ਲੱਗੇ, ਤੁਸੀਂ ਕਿਉਂ ਨਹੀਂ ਲਿਖਦੇ, ਕਾਹਦੇ ਲਈ ਦੇਰੀ ਲਾ ਰਹੇ ਹੋ? ਜੇ ਕਿਸੇ ਨੇ ਜਾਣਾ ਹੈ ਤੇ ਹੁਣ ਜਾ ਸਕਦਾ ਹੈ। ਹਾਥ ਜੋਰ ਸਭ ਕਰੀ ਪ੍ਰਣਾਮ। ਇਸ ਤਰ੍ਹਾਂ ਦੇ ਨਾਲ ਜਦੋਂ ਪਰਖ ਕਰਦਿਆਂ ਹੋਇਆਂ ਸਤਿਗੁਰਾਂ ਨੇ ਉਹਨਾਂ ਦੇ ਕੋਲੋਂ ਵਿਦਾਵਾ ਲਿਖਾਉਣ ਦੀ ਗੱਲ ਕੀਤੀ, ਉਹਨਾਂ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਹੈ। ਹਮ ਤੋ ਰਹੇ ਆਪ ਕੀ ਸ਼ਾਨ। ਮਹਾਰਾਜ, ਅਸੀਂ ਤੇ ਬਸ ਆਪ ਜੀ ਦੀ ਸ਼ਰਨ ਦੇ ਵਿੱਚ ਹੀ ਰਹਿਣਾ ਚਾਹੁੰਦੇ ਹਾਂ। ਦਇਆ ਸਿੰਘ ਇਤਿਆਦਕ ਪੰਚੇ। ਭਾਈ ਦਇਆ ਸਿੰਘ ਇਤਿਆਦਕ ਜਿਹੜੇ ਪੰਜ ਪਿਆਰੇ ਸਹਿਬਾਨ ਹਨ। ਪੰਚੋ ਮੁਕਤੇ ਸਿੱਖੀ ਸੰਚੇ। ਫਿਰ ਉਹ ਪੰਜ ਸਿੰਘ ਜਿਨ੍ਹਾਂ ਨੂੰ ਸਤਿਗੁਰਾਂ ਨੇ ਮੁਕਤਿਆਂ ਦਾ ਖਿਤਾਬ ਦਿੱਤਾ, ਜਿਨ੍ਹਾਂ ਨੇ ਪੰਜ ਪਿਆਰਿਆਂ ਤੋਂ ਬਾਅਦ ਦੇ ਵਿੱਚ ਅੰਮ੍ਰਿਤ ਛਕਿਆ ਸੀ, ਉਹ ਸਾਰੇ ਦੇ ਸਾਰੇ ਸਿੰਘ। ਦਸ ਇਹ ਰਹੇ ਤੀਸ ਸਿੱਖ। ਭਾਈ ਸਾਹਿਬ ਕਹਿੰਦੇ ਨੇ, ਦਸ ਕ ਇਹ ਸਿੱਖ ਤੇ ਥੋੜੇ ਕ ਤੀਹ ਚਾਲੀ ਜਿਹੜੇ ਸਿੱਖ ਹੋਰ ਹਨ, ਉਹ ਸਾਰੇ ਦੇ ਸਾਰੇ ਰਹੇ ਹਨ। ਉਦੈ ਸਿੰਘ ਆਦਿਕ ਭੱਟ ਮੌਰ। ਫਿਰ ਹੋਰ ਜਿਹੜੇ ਬਹੁਤ ਸਾਰੇ ਪਿਆਰ ਵਾਲੇ ਸਿੱਖ, ਭਾਈ ਆਲਮ ਸਿੰਘ, ਭਾਈ ਉਦੇ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ ਇਤਿਆਦਿਕ, ਇਹ ਜਿਹੜੇ ਭਾਈ ਜੀਵਨ ਸਿੰਘ ਆਦਿਕ ਸਿੰਘ ਹਨ। ਚਾਲੀ ਸਿੰਘ ਨੇ ਨਹੀਂ ਤਬ ਲਿਖਿਓ। ਇਹ ਜਿਹੜੇ ਚਾਲੀ ਪੰਜਾਹ ਸੌ ਜਿਤਨੇ ਕੁ ਵੀ ਇਹ ਸਿੰਘ ਸਨ ਪਿਆਰ ਵਾਲੇ, ਇਹਨਾਂ ਨੇ ਕਿਸੇ ਨੇ ਵੀ ਚਿੱਠੀ ਸਤਿਗੁਰਾਂ ਨੂੰ ਲਿਖ ਕੇ ਵਿਦਾਵੇ ਦੀ ਨਹੀਂ ਦਿੱਤੀ। ਅਪਰ ਸਭਨ ਲਿਖ ਦੀਨ ਸਪਿਖਿਓ। ਹੋਰ ਬਹੁਤ ਸਾਰੇ ਸਿੰਘ ਜਿਹੜੇ ਸਨ, ਉਹਨਾਂ ਨੇ ਸਤਿਗੁਰਾਂ ਨੂੰ ਚਿੱਠੀ ਲਿਖ ਕੇ ਦੇ ਦਿੱਤੀ ਹੈ। ਰਹਿਓ ਬੀਜ ਔਰ ਗੁਰੂ ਵਿਚਾਰ। ਸਤਿਗੁਰੂ ਮਹਾਰਾਜ ਜੀ ਨੇ ਮਨ ਦੇ ਵਿੱਚ ਵਿਚਾਰਿਆ ਕਿ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਰਖ ਕੀਤੀ ਸੀ, ਉਦੋਂ ਬਸ ਇੱਕੋ ਹੀ ਸਿੰਘ ਜਿਹੜਾ, ਇੱਕੋ ਹੀ ਸਿੱਖ ਜਿਹੜਾ ਖਰਾ ਉਤਰਿਆ ਸੀ, ਭਾਈ ਲਹਿਣਾ ਜੀ, ਬਸ ਇੱਕੋ ਹੀ ਸਿੱਖ ਸਤਿਗੁਰਾਂ ਨੇ ਪਰਖ ਕੀਤੀ। ਅਸੀਂ ਪਰਖ ਕੀਤੀ ਹੈ, ਇਤਨੇ ਸਿੰਘ ਜਿਹੜੇ ਖਰੇ ਉਤਰੇ ਨੇ, ਖਾਲਸੇ ਦਾ ਬੀਜ ਜਿਹੜਾ ਰਹਿ ਗਿਆ ਹੈ, ਭਾਵ ਸਾਰੇ ਦੇ ਸਾਰੇ ਜਿਹੜੇ ਨੇ ਉਹ ਗਲਤ ਨਹੀਂ ਹੋਏ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨੇ ਜਿਹੜੇ ਗੁਰੂ ਦੇ ਲਈ ਜਾਨਾਂ ਵਾਰਨ ਨੂੰ ਤਿਆਰ ਨੇ। ਤੋ ਸਤਿਗੁਰੂ ਮਨ ਦੇ ਵਿੱਚ ਸੋਚਦੇ ਨੇ, ਬੜੇ ਪ੍ਰਸੰਨ ਨੇ ਕਿ ਖਾਲਸੇ ਨੇ ਬੀਜ ਰੱਖ ਲਿਆ ਹੈ। ਵਧੇ ਪੰਥ ਪੁਨ ਮੋਹੇ ਉਦਾਰ। ਇਸ ਕਰਕੇ ਕਿਉਂਕਿ ਬੀਜ ਰਹਿ ਗਿਆ ਹੈ, ਗੁਰੂ ਕਿਰਪਾ ਕਰੇ, ਅਕਾਲ ਪੁਰਖ ਰਹਿਮਤ ਕਰੇਗਾ, ਆਉਣ ਵਾਲੇ ਸਮੇਂ ਦੇ ਵਿੱਚ ਖਾਲਸਾ ਹੋਰ ਵਧੇ ਫੁੱਲੇਗਾ। ਹੋਏ ਸਾਵਤਰਣ ਜੂਝੈ ਜੋਈ। ਔਰ ਇਹ ਖਾਲਸਾ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਨਾਲ ਲੜਦਿਆਂ ਹੋਇਆਂ ਜੂਝੇਗਾ ਵੀ ਤੇ ਸਾਬਤ ਵੀ ਰਹੇਗਾ। ਅਵਨੀ ਰਾਜ ਭੋਗ ਹੈ ਸੋਈ। ਔਰ ਧਰਤੀ ਦਾ ਰਾਜ ਭਾਗ ਵੀ ਇਹ ਖਾਲਸਾ ਪੰਥ ਆਉਣ ਵਾਲੇ ਸਮੇਂ ਦੇ ਵਿੱਚ ਭੋਗੇਗਾ। ਕਾਗਦ ਲਿਖਿਓ ਜੇਬ ਲੈ ਡਰ। ਇਸ ਤਰ੍ਹਾਂ ਜੋ ਵਿਦਾਵਾ ਲਿਖਿਆ ਕੁਝ ਸਿੰਘਾਂ ਨੇ, ਉਹ ਸਤਿਗੁਰਾਂ ਨੇ ਕਾਗਜ਼ ਆਪਣੀ ਜੇਬ ਦੇ ਵਿੱਚ ਪਾ ਲਿਆ ਹੈ। ਬਾਹਰ ਵਕੀਲਾਂ ਪਾਸ ਹਕਾਰ। ਫਿਰ ਜਿਹੜੇ ਵਕੀਲ ਆਏ ਸਨ ਬਾਹਰੋਂ, ਉਹਨਾਂ ਨੂੰ ਵੀ ਸਤਿਗੁਰਾਂ ਨੇ ਕੋਲ ਬੁਲਾਇਆ ਹੈ। ਸਭ ਕੀ ਆਨ ਕਰੀ ਲਿਖ ਜੋਈ। ਉਹਨਾਂ ਦੀ ਵੀ ਜਿਹੜੀ ਸਾਰੀ ਕਸਮ ਲਿਆਂਦੀ ਹੋਈ ਸੀ, ਉਹ ਵੀ ਸਤਿਗੁਰਾਂ ਨੇ ਦੇਖਣਾ ਕੀਤੀ ਹੈ। ਕਾਗਦ ਹਮਕੋ ਦੀਜੈ ਸੋਈ। ਸਤਿਗੁਰੂ ਕਹਿਣ ਲੱਗੇ, ਇਹ ਜਿਹੜੀ ਕਲਮ ਹੈ, ਇਹ ਜਿਹੜੀ ਕਾਗਜ਼ ਹੈ ਜਿਹਦੇ ਤੇ ਤੁਸੀਂ ਕਸਮ ਲਿਖ ਕੇ ਲਿਆਂਦੀ ਹੈ, ਇਹ ਸਾਨੂੰ ਦੇ ਦੇਵੋ। ਕਹਿਲੂਰੀ ਆਦਿਕ ਸਭ ਲਿਖਿਓ। ਫਿਰ ਜਿਨ੍ਹਾਂ ਦੇ ਉੱਪਰ ਕਹਿਲੂਰੀ, ਹੰਡੂਰੀ ਇਤਿਆਦਿਕ ਬਾਈ ਧਾਰ ਦੇ ਰਾਜਿਆਂ ਨੇ ਕਸਮ ਲਿਖੀ ਸੀ, ਸੋ ਕਾਗਦ ਕਰ ਮੈਂ ਲੈ ਪਿਖਿਓ। ਉਹ ਕਾਗਜ਼ ਵੀ ਸਤਿਗੁਰੂ ਮਹਾਰਾਜ ਜੀ ਨੇ ਹੱਥ ਦੇ ਵਿੱਚ ਲੈ ਕੇ ਤੇ ਦੇਖਿਆ ਹੈ। ਉਹਨੇ ਔਰੰਗ ਕੋ ਲਿਖਿਓ ਮੰਗਾਇਓ। ਜਿਹੜਾ ਔਰੰਗਜ਼ੇਬ ਨੇ ਚਿੱਠੀ ਲਿਖ ਕੇ ਭੇਜੀ ਸੀ ਦੱਖਣ ਤੋਂ, ਉਹ ਵੀ ਸਤਿਗੁਰਾਂ ਨੇ ਮੰਗਵਾਈ ਹੈ। ਲਿਓ ਸੰਭਾਰ ਜੇਬ ਮੈਂ ਪਾਇਓ। ਇਹ ਸਾਰੀਆਂ ਚਿੱਠੀਆਂ ਸਤਿਗੁਰਾਂ ਨੇ ਸੰਭਾਲ ਕੇ ਜੇਬ ਦੇ ਵਿੱਚ ਪਾ ਲਈਆਂ ਹਨ। ਸਭ ਕੋ ਕਹਿਓ ਤਿਆਰ ਹੋ ਜਾਵੋ। ਔਰ ਇਹ ਸਾਰੀਆਂ ਚਿੱਠੀਆਂ ਸਾਂਭ ਕੇ ਰੱਖ ਕੇ ਤੇ ਫਿਰ ਸਤਿਗੁਰਾਂ ਨੇ ਆਗਿਆ ਕੀਤੀ ਕਿ ਭਾਈ ਜਦੋਂ ਵੀ ਕਿਸੇ ਨੇ ਜਾਣਾ ਹੈ ਉਹ ਬਾਹਰ ਹੁਣ ਜਾ ਸਕਦਾ ਹੈ। ਇਹ ਚਿੱਠੀਆਂ ਦਾ ਸਤਿਗੁਰੂ ਮਹਾਰਾਜ ਜੀ ਨੇ ਬਾਅਦ ਦੇ ਵਿੱਚ ਜਫਰਨਾਮਾ ਸਾਹਿਬ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਤੇ ਔਰੰਗਜ਼ੇਬ ਨੂੰ ਆਖਿਆ ਸੀ, ਔਰੰਗਜ਼ੇਬ ਜਿਹੜੀਆਂ ਤੂੰ ਕਸਮਾਂ ਖਾਧੀਆਂ ਸੀ, ਜੇ ਉਹ ਚਿੱਠੀਆਂ ਤੈਨੂੰ ਲੋੜ ਨੇ ਤੇ ਸਾਡੇ ਕੋਲ ਮੌਜੂਦ ਨੇ, ਜੇ ਤੂੰ ਆਖੇ ਤੇ ਮੈਂ ਭੇਜ ਸਕਦਾ ਤੈਨੂੰ ਵਾਪਸ, ਜਿਨ੍ਹਾਂ ਦੇ ਉੱਪਰ ਤੂੰ ਕਿਸੇ ਸਮੇਂ ਕਸਮਾਂ ਖਾਧੀਆਂ ਸੀ ਪਰ ਪੂਰਾ ਨਹੀਂ ਉਤਰਿਆ,
ਤੋ ਇਹ ਚਿੱਠੀਆਂ ਵੀ ਸਤਿਗੁਰੂ ਮਹਾਰਾਜ ਜੀ ਨੇ ਸਾਂਭ ਕੇ ਰੱਖੀਆਂ ਸਨ। ਸਭ ਕੋ ਕਹਿਓ ਤਿਆਰ ਹੋ ਜਾਵੋ। ਸਤਿਗੁਰੂ ਮਹਾਰਾਜ ਜੀ ਨੇ ਫਿਰ ਹੁਕਮ ਕੀਤਾ ਮੌਜ ਦੇ ਵਿੱਚ ਆਇਆ ਨੇ ਕਿ ਸਾਰੇ ਦੇ ਸਾਰੇ ਹੁਣ ਤਿਆਰ ਹੋ ਜਾਵੋ। ਨਿਕਸੋ ਬਹਿਰ ਭਲੇ ਮਗ ਪਾਵੋ, ਔਰ ਬਾਹਰ ਨਿਕਲ ਚੱਲੋ ਕਿਲੇ ਦੇ ਵਿੱਚੋਂ। ਅਸੀਂ ਤੇ ਬਸ ਖਾਲਸੇ ਦੀ ਪਰਖ ਕਰਨੀ ਸੀ, ਉਹ ਸਾਡੀ ਹੋ ਗਈ ਹੈ। ਸਾਬਤ ਵੀ ਜਿਹੜਾ ਸੀ ਉਹਦਾ ਵੀ ਪਤਾ ਚੱਲ ਗਿਆ ਤੇ ਜਿਹੜੇ ਬੇਮੁਖ ਹੋਣ ਵਾਲੇ ਉਹਨਾਂ ਦਾ ਵੀ ਪਤਾ ਚੱਲਿਆ ਹੈ। ਤੋ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਨਾਲ ਪਰਖ ਕਰਕੇ ਫਿਰ ਹੁਕਮ ਕੀਤਾ ਕਿ ਸਾਰੇ ਤਿਆਰੀ ਕਰਕੇ ਬਾਹਰ ਚੱਲੋ। ਤੰਬੂ ਦੀਰਘ ਅਲਪ ਬਾਨਾਤੀ, ਔਰ ਜਿਤਨੇ ਕਿਲੇ ਦੇ ਵਿੱਚ ਤੰਬੂ ਸਨ ਜੋ ਕੀਮਤੀ ਸਮਾਨ ਬਣਿਆ ਹੋਇਆ ਸੀ। ਨਾਨਾ ਚਿਤ੍ਰਤ ਬਣੀ ਕਨਾਤੀ, ਬੜੇ ਤਰ੍ਹਾਂ ਦੀਆਂ ਸੁੰਦਰ ਕਨਾਤਾਂ ਤੇ ਹੋਰ ਕੀਮਤੀ ਜਿਤਨੇ ਕੱਪੜੇ ਸਨ। ਇੱਕ ਥਲ ਕਰਕੇ ਆਗ ਲਗਾਈ, ਉਹ ਸਾਰੇ ਦਾ ਸਾਰਾ ਕੁਝ ਇੱਕ ਥਾਂ ਤੇ ਇਕੱਠਿਆਂ ਕਰਕੇ ਉਹਨੂੰ ਅੱਗ ਲਾ ਦਿੱਤੀ ਗਈ ਹੈ। ਬਸਤਰ ਆਦਿਕ ਸਭ ਦੀਏ ਜਲਾਈ, ਜਿਤਨੇ ਵੀ ਬਸਤਰ ਸਨ ਕੀਮਤੀ ਕੱਪੜੇ ਸਨ ਉਹ ਸਾਰੇ ਸਤਿਗੁਰਾਂ ਜਲਾ ਦਿੱਤੇ ਹਨ। ਬਚੇ ਖਜ਼ਾਨਾ ਜੇ ਤਕ ਸ਼ੇਖ, ਔਰ ਜਿਤਨਾ ਕ ਸਤਿਗੁਰੂ ਮਹਾਰਾਜ ਜੀ ਦੇ ਕੋਲ ਖਜ਼ਾਨਾ ਬਚਿਆ ਹੋਇਆ ਸੀ। ਪਾਇਓ ਸਤਦਰਮ ਵਿਖੇ ਅਸ਼ੇਖ, ਮੌਜਾਂ ਦੇ ਮਾਲਕ ਚੋਚੀ ਪ੍ਰੀਤਮ ਜੀ ਨੇ ਉਹ ਸਾਰਾ ਖਜ਼ਾਨਾ ਸਤਲੁਜ ਦਰਿਆ ਦੇ ਵਿੱਚ ਪਾਣੀ ਦੇ ਵਿੱਚ ਪਾ ਦਿੱਤਾ ਹੈ। ਬਾਸਨ ਕੰਚਨ ਰਜਤ ਕੇ ਪੀਤਰ, ਹੋਰ ਜਿਤਨੇ ਕੀਮਤੀ ਬਰਤਨ ਸਨ ਸੋਨੇ ਚਾਂਦੀ ਪਿੱਤਲ ਆਦਿਕ ਦੇ, ਡਾਰ ਦੀਏ ਸਭ ਜਲ ਕੇ ਪੀਤਰ, ਸਾਰਿਆਂ ਦੇ ਸਾਰੇ ਭਾਂਡੇ ਬਰਤਨ ਸੋਨਾ ਚਾਂਦੀ ਖਜ਼ਾਨਾ ਸਤਿਗੁਰਾਂ ਨੇ ਮੌਜ ਦੇ ਵਿੱਚ ਆਇਆ ਉਹਨੂੰ ਸਤਲੁਜ ਦੇ ਵਿੱਚ ਪਾ ਦਿੱਤਾ ਹੈ। ਰੋਹਰਾ ਸਭਨ ਸੁਣਿਓ ਗੁਰਬਾਖ ਕੋ ਭਏ ਤਿਆਰ ਸਮਦਾਏ, ਇਸ ਤਰ੍ਹਾਂ ਦੇ ਨਾਲ ਖਜ਼ਾਨਾ ਸਾਰਾ ਸਤਲੁਜ ਦੇ ਵਿੱਚ ਪਵਾ ਦਿੱਤਾ ਤੇ ਜਿਹੜੇ ਕਨਾਤਾਂ ਹੋਰ ਬਸਤਰ ਸਨ ਉਹਨਾਂ ਨੂੰ ਅਗਨ ਭੇਟ ਕਰ ਦਿੱਤਾ ਤੇ ਸਾਰੇ ਖਾਲਸਾ ਜੀ ਨੂੰ ਆਖਿਆ ਕਿ ਹੁਣ ਤਿਆਰੀ ਕਰੋ, ਆਪਾਂ ਕਿਲੇ ਦੇ ਵਿੱਚੋਂ ਰਵਾਨਾ ਹੋਣਾ ਹੈ, ਬਾਹਰ ਜਾਣਾ ਹੈ। ਇਹ ਜਿਹੜੀ ਖਬਰ ਹੈ ਸਾਰੀ ਸੰਗਤ ਨੇ ਸਤਿਗੁਰਾਂ ਦੀ ਸੁਣੀ ਹੈ। ਆਜੁਧ ਗਣ ਸਿੰਘਣ ਧਰੇ ਹੋਏ ਸਾਵਧਾਨ ਤਦਾਏ, ਜਿਤਨੇ ਸਿੰਘ ਸਨ ਉਹ ਸਤਿਗੁਰਾਂ ਦਾ ਹੁਕਮ ਸੁਣ ਕੇ ਸਾਵਧਾਨ ਹੋਏ ਨੇ। ਸਾਰਿਆਂ ਨੇ ਆਪਣੇ ਸਰੀਰ ਤੇ ਸ਼ਸਤਰ ਬਸਤਰ ਸਜਾਏ ਹਨ, ਆਪਣੇ ਆਪਣੇ ਬੰਦ ਬੰਦ ਪਰ, ਜਿਤਨਾ ਕਿ ਕਿਸੇ ਦੇ ਕੋਲ ਥੋੜਾ ਬਹੁਤਾ ਸਾਜੋ ਸਮਾਨ ਲੀੜਾ ਕੱਪੜਾ ਸੀ ਕਿਉਂਕਿ ਸਰਦੀ ਦੇ ਦਿਨ ਸਨ, ਤੋ ਜਿਤਨਾ ਕਿ ਕਿਸੇ ਦੇ ਕੋਲ ਕੱਪੜੇ ਸਨ ਉਹ ਉਹਨਾਂ ਨੇ ਬੰਨ ਲਏ ਹਨ। ਸ਼ਸਤਰ ਧਰੇ ਸਿਰਲੀਨ ਸਤਾਰ, ਉਹਨਾਂ ਨੇ ਜਿਹੜੇ ਸਿੰਘ ਸ਼ਸਤਰਧਾਰੀ ਸਨ ਸ਼ਸਤਰ ਧਾਰਨ ਕੀਤੇ, ਜੋ ਥੋੜਾ ਬਹੁਤਾ ਕੱਪੜਾ ਵਗੈਰਾ ਸਾਜੋ ਸਮਾਨ ਸੀ ਉਹ ਬੰਨ ਕੇ ਸਿਰ ਤੇ ਚੱਕ ਲਿਆ ਹੈ। ਜਿਸ ਕੋ ਸ਼ਕਤ ਉਠਾਵਨ ਕੇਰੀ, ਜਿਤਨੀ ਕ ਕਿਸੇ ਦੇ ਵਿੱਚ ਸਮਰੱਥਾ ਸੀ ਜਿਤਨਾ ਕ ਕਿਸੇ ਦੇ ਕੋਲ ਸਮਾਨ ਸੀ, ਸੋ ਤਿੰਨ ਸੀਸ ਧਰੀ ਤਿਸ ਬੇਰੀ, ਉਹ ਸਾਰਾ ਸਾਜੋ ਸਮਾਨ ਸਿੰਘਾਂ ਨੇ ਆਪਣੇ ਸਿਰਾਂ ਦੇ ਉੱਪਰ ਚੱਕ ਲਿਆ ਹੈ। ਚਾਰ ਘੜੀ ਜਬ ਨਿਸਾ ਗੁਜਾਰੀ, ਭਾਈ ਸਾਹਿਬ ਕਹਿੰਦੇ ਨੇ ਜਦੋਂ ਤਕਰੀਬਨ ਰਾਤ ਚਾਰ ਕ ਘੜੀਆਂ ਬਤੀਤ ਹੋ ਗਈ ਸੀ, ਨੀਕੇ ਭਈ ਸਭਨ ਕੀ ਤਿਆਰੀ, ਚੰਗੀ ਤਰ੍ਹਾਂ ਦੇ ਨਾਲ ਸਤਿਗੁਰਾਂ ਦੀ ਆਗਿਆ ਅਨੁਸਾਰ ਸਾਰਿਆਂ ਨੇ ਚੱਲਣ ਦੀ ਤਿਆਰੀ ਕੀਤੀ ਹੈ। ਸ੍ਰੀ ਮੁਖ ਤੇ ਤਬ ਹੁਕਮ ਬਖਾਨਾ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੁਭਾਏ ਮਾਨ ਪਾਵਨ ਮੁਖ ਤੋਂ ਹੁਕਮ ਕੀਤਾ ਹੈ, ਕਰੇ ਇਕੱਤਰ ਬਹੀਰ ਪਿਆਨਾ, ਸਾਰੀ ਦੀ ਸਾਰੀ ਬਹੀਰ ਨੂੰ ਸਾਰੇ ਖਾਲਸਾ ਜੀ ਨੂੰ ਮਹਾਰਾਜ ਨੇ ਹੁਕਮ ਕੀਤਾ ਕਿ ਇਕੱਠਿਆਂ ਹੋ ਕੇ ਇੱਕ ਵਹੀਰ ਇੱਕ ਜਥੇ ਦੇ ਰੂਪ ਵਿੱਚ ਚੱਲਣਾ ਹੈ। ਸੁਣ ਆਏ ਸਕੋ ਨਰ ਚੱਲ ਪਰੇ, ਸਤਿਗੁਰਾਂ ਦੀ ਆਗਿਆ ਨੂੰ ਸੁਣ ਕੇ ਜਿਹੜੇ ਸਾਰੇ ਸਿੰਘ ਸਨ ਉਹ ਚੱਲ ਪਏ ਹਨ। ਦੁਰਗ ਬਹਿਰ ਨਿਕਸੇ ਦੁੱਖ ਭਰੇ, ਬੜੇ ਦੁੱਖ ਦੇ ਨਾਲ ਭਰੇ ਹੋਏ, ਹੁਣ ਰਾਤ ਦਾ ਸਮਾਂ ਠੰਡੀ ਰਾਤ ਹੈ ਤੇ ਬੜੇ ਦੁਖੀ ਹੋਏ ਕਿਲੇ ਦੇ ਵਿੱਚੋਂ ਬਾਹਰ ਨਿਕਲੇ ਹਨ। ਪੂਰਬ ਦਿਸ਼ਾ ਕੋ ਮੁਖ ਕਰ ਚੱਲੇ, ਸਤਿਗੁਰਾਂ ਦੀ ਆਗਿਆ ਦੇ ਅਨੁਸਾਰ ਇਹ ਸਾਰੇ ਦੇ ਸਾਰੇ ਪੂਰਬ ਵਾਲੇ ਪਾਸੇ ਨੂੰ ਦਿਸ਼ਾ ਪੂਰਬ ਵਾਲੀ ਦਿਸ਼ਾ ਨੂੰ ਮੁੱਖ ਕਰਕੇ ਚੱਲ ਪਏ ਹਨ। ਉਹ ਅੱਗੇ ਕੋ ਪਾਛੇ ਮਿਲੇ, ਔਰ ਅੱਗੇ ਪਿੱਛੇ ਇਸ ਤਰ੍ਹਾਂ ਦੇ ਨਾਲ ਚੱਲੇ ਜਾ ਰਹੇ ਨੇ ਤੇ ਅੱਗੇ ਅੱਗੇ ਤੁਰਦੇ ਜਾਂਦੇ ਹਨ। ਪਹਿਰ ਨਿਸਾ ਬੀਤੀ ਜਿਸ ਕਾਲ, ਭਾਈ ਸਾਹਿਬ ਕਹਿੰਦੇ ਨੇ ਚਾਰ ਕ ਘੜੀਆਂ ਜਦੋਂ ਰਾਤ ਬਤੀਤ ਹੋਈ ਇਹ ਹੁਕਮ ਹੋਇਆ, ਫਿਰ ਜਦੋਂ ਇੱਕ ਪਹਿਰ ਦੇ ਕਰੀਬ ਰਾਤ ਬਤੀਤ ਹੋ ਗਈ ਸੀ, ਮਾਤਾ ਤਿਆਰ ਸਮਾਜ ਸੰਭਾਲ, ਮਾਤਾ ਗੁਜਰ ਕੌਰ ਉਹਨਾਂ ਨੇ ਵੀ ਆਪਣਾ ਜਿਹੜਾ ਸਮਾਨ ਸੀ ਉਹ ਸਾਂਭ ਲਿਆ ਹੈ। ਇੱਕ ਖੱਚਰ ਪਰ ਲਾਦੀ ਮੋਹਰੇ, ਇੱਕ ਖੱਚਰ ਦੇ ਉੱਪਰ ਮਾਤਾ ਜੀ ਨੇ
ਕੁਝ ਮੋਹਰਾਂ ਜਿਹੜੀਆਂ ਸਨ ਉਹ ਆਪਣੇ ਨਾਲ ਲੈ ਲਈਆਂ। ਇਹੀ ਮੋਹਰਾਂ ਸਨ ਜਿਹੜੀਆਂ ਬਾਅਦ ਦੇ ਵਿੱਚ ਗੰਗੂ ਪਾਪੀ ਨੇ ਦੇਖ ਕੇ ਬੇਈਮਾਨ ਹੋਇਆ ਸੀ। ਇੱਕ ਦੋ ਦਾਸ ਚੱਲੇ ਕਰ ਮੂਹਰੇ, ਇੱਕ ਦੋ ਦਾਸ ਜਿਹੜੇ ਨੇ ਮਾਤਾ ਗੁਜਰ ਕੌਰ ਜੀ ਦੇ ਨਾਲ ਉਹ ਅੱਗੇ ਹੋ ਕੇ ਚੱਲੇ ਹਨ। ਛੋਟੇ ਪੁੱਤਰ ਦੋਨੋਂ ਦੇ ਸਾਥ, ਔਰ ਮਾਤਾ ਗੁਜਰ ਕੌਰ ਜੀ ਨੇ ਆਪਣੇ ਛੋਟੇ ਦੋਨਾਂ ਪੋਤਰਿਆਂ ਨੂੰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਨਾਲ ਲਿਆ ਹੈ। ਸੰਯੰਦਨ ਚੜ੍ਹੋ ਕਹਿਓ ਗੁਰਨਾਥ, ਔਰ ਸਤਿਗੁਰੂ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਮਾਤਾ ਜੀ ਆਪ ਜੀ ਵੀ ਇਸ ਰੱਥ ਦੇ ਉੱਪਰ ਚੜ੍ਹ ਜਾਓ ਤੇ ਆ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਚੜ੍ਹਾ ਲਵੋ। ਪ੍ਰਥਮ ਆਪਨ ਤੇ ਦੋ ਚੜ੍ਹਾਏ, ਮਾਤਾ ਜੀ ਨੇ ਪਹਿਲਾਂ ਦੋਨਾਂ ਆਪਣੇ ਪੋਤਰਿਆਂ ਨੂੰ ਸਾਹਿਬਜ਼ਾਦਿਆਂ ਨੂੰ ਰੱਥ ਦੇ ਉੱਪਰ ਚੜ੍ਹਾਇਆ ਹੈ। ਬਾਹਰ ਚੜੀ ਮਾਤਾ ਸਹਸਾ, ਫਿਰ ਮਾਤਾ ਜੀ ਵੀ ਬੜੇ ਹੌਲੀ ਜੇ ਪਿਆਰ ਦੇ ਨਾਲ, ਕਿਉਂਕਿ ਬਜ਼ੁਰਗ ਸਨ ਤੋ ਹੌਲੀ ਜੀ ਉਹ ਵੀ ਰੱਥ ਦੇ ਉੱਪਰ ਬਿਰਾਜਮਾਨ ਹੋਏ ਹਨ। ਸਤਿਗੁਰ ਮਹਿਲ ਸੁੰਦਰ ਕੌਰ ਮਾਤ, ਔਰ ਫਿਰ ਸਤਿਗੁਰੂ ਮਹਾਰਾਜ ਜੀ ਦੇ ਮਹਿਲ, ਖਾਲਸਾ ਜੀ ਦੇ ਮਾਤਾ ਜੀ ਮਾਤਾ ਸੁੰਦਰ ਕੌਰ ਜੀ ਜੋ ਹਨ, ਆਰ ਸਾਹਿਬ ਕੌਰ ਚਿਤ ਸ਼ਾਂਤ, ਫਿਰ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ, ਉਹ ਵੀ ਜਿਹਨਾਂ ਦਾ ਚਿੱਤ ਹਰ ਵੇਲੇ ਬੜਾ ਸ਼ਾਂਤ ਰਹਿੰਦਾ ਹੈ। ਨਮੋ ਕਰੀ ਗੁਰ ਕੋ ਕਰ ਜੋਰੇ, ਇਹ ਦੋਨੋਂ ਖਾਲਸੇ ਦੀਆਂ ਮਾਤਾਵਾਂ ਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੇ ਹੈ। ਦੋਨੋਂ ਤਬ ਅਰੂੜ ਕਰ ਡੋਰੇ, ਇਹਨਾਂ ਦੋਨਾਂ ਮਾਤਾਵਾਂ ਨੇ ਵੀ ਫਿਰ ਡੋਲਿਆਂ ਦੇ ਵਿੱਚ ਬੈਠਣਾ ਕੀਤਾ ਹੈ। ਪਾਏ ਪਾਏ ਨਿਖਸ ਕਰ ਚਾਲੀ, ਸਤਿਗੁਰਾਂ ਦੀ ਆਗਿਆ ਪਾ ਕੇ ਮਹਾਰਾਜ ਦੇ ਦੋਨੋਂ ਮਹਿਲ ਖਾਲਸਾ ਜੀ ਦੀਆਂ ਮਾਤਾਵਾਂ ਚੱਲ ਪਈਆਂ ਹਨ। ਸ਼ਿਆਮ ਜਾਮਨੀ ਬਹੁਤ ਤਮ ਵਾਲੀ, ਔਰ ਰਾਤ ਇਤਨੀ ਹਨੇਰੀ ਹੈ ਕਿ ਸਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ। ਅੱਪਰ ਜੇ ਨਰਨ ਹੈ ਲਰਨੇ ਹਾਰੇ, ਹੋਰ ਬਹੁਤ ਸਾਰੇ ਉਹ ਸਿੰਘ ਸਨ, ਉਹ ਬਜ਼ੁਰਗ ਸਨ ਜਿਹੜੇ ਜੰਗ ਦੇ ਵਿੱਚ ਬਹੁਤਾ ਲੜ ਨਹੀਂ ਸਕਦੇ ਸਨ। ਸੋ ਮਿਲ ਮਿਲ ਕਰ ਵਹਿਰ ਪਧਾਰੇ, ਉਹ ਵੀ ਸਤਿਗੁਰਾਂ ਨੂੰ ਨਮਸਕਾਰਾਂ ਕਰਕੇ ਬਾਹਰ ਚੱਲ ਪਏ ਹਨ ਕਿਲੇ ਤੋਂ। ਗਇਓ ਬਹੀਰ ਉਲੰਘ ਕਈ ਕੋਸ, ਜਦੋਂ ਇਸ ਤਰ੍ਹਾਂ ਦੇ ਨਾਲ ਇਹ ਸਾਰੀ ਬਹੀਰ ਸਾਰਾ ਜਥਾ ਕਈ ਕੋਹਾਂ ਤੱਕ ਚਲੇ ਗਿਆ ਦੂਰ ਤੱਕ, ਬੈਠੇ ਸਤਿਗੁਰ ਦੁਰਗ ਸਰੋਸ, ਸਤਿਗੁਰੂ ਮਹਾਰਾਜ ਜੀ ਅਜੇ ਇਧਰ ਕਿਲੇ ਦੇ ਵਿੱਚ ਹੀ ਬੈਠੇ ਹੋਏ ਹਨ। ਸਨੇ ਸਨੇ ਸਭ ਕਰ ਕਰ ਤਿਆਰ, ਹੌਲੀ ਹੌਲੀ ਸਤਿਗੁਰੂ ਮਹਾਰਾਜ ਜੀ ਨੇ ਤਿਆਰੀ ਕਰਕੇ ਸਾਰਿਆਂ ਨੂੰ ਭੇਜ ਦਿੱਤਾ ਹੈ। ਚਲੇ ਲੋਕ ਸਭ ਪੰਥ ਮਜਾ, ਜਦੋਂ ਇਸ ਤਰ੍ਹਾਂ ਦੇ ਨਾਲ ਜਿਤਨੇ ਸੰਗਤ ਸੀ, ਜਿਤਨੇ ਆਨੰਦਪੁਰ ਵਾਸੀ ਸਨ, ਉਹ ਸਾਰੇ ਚਲੇ ਗਏ ਹਨ। ਸਾਵਧਾਨ ਜੋ ਸ਼ਸਤਰ ਸਮੇਤ, ਔਰ ਫਿਰ ਉਹ ਸੂਰਮੇ ਉਹ ਸਿੰਘ ਜਿਹੜੇ ਸਾਵਧਾਨ ਸਨ ਤੇ ਸ਼ਸਤਰ ਧਾਰੀ ਸਨ, ਰੱਖੇ ਸਿੰਘ ਢਿੱਗ ਲੜਬੇ ਹੇਤ, ਉਹਨਾਂ ਕੁਝ ਸਿੰਘਾਂ ਨੂੰ ਸਤਿਗੁਰਾਂ ਨੇ ਆਉਣ ਵਾਲਾ ਸਮਾਂ ਵਿਚਾਰ ਕੇ ਆਪਣੇ ਕੋਲ ਰੱਖਿਆ ਹੈ। ਡੇਢ ਕ ਜਾਮ ਜਾਮ ਨੀ ਗਈ, ਭਾਈ ਸਾਹਿਬ ਕਹਿੰਦੇ ਨੇ ਜਦੋਂ ਡੇਢ ਕ ਪਹਿਰ ਤਕਰੀਬਨ 10:30 ਦਾ ਸਮਾਂ ਹੋਇਆ, ਤਬ ਸਤਿਗੁਰ ਨਿਜ ਤਿਆਰੀ ਕਈ, ਫਿਰ ਸਤਿਗੁਰੂ ਮਹਾਰਾਜ ਜੀ ਨੇ ਆਪਣੀ ਵੀ ਚੱਲਣ ਦੀ ਤਿਆਰੀ ਕੀਤੀ ਹੈ। ਨਿਕਸੇ ਪ੍ਰਥਮ ਗਏ ਤਿਸ ਜਾਏ, ਸਤਿਗੁਰੂ ਮਹਾਰਾਜ ਜੀ ਕਿਲੇ ਦੇ ਵਿੱਚੋਂ ਬਾਹਰ ਨਿਕਲਦਿਆਂ ਹੀ ਪਹਿਲਾਂ ਉਸ ਜਗ੍ਹਾ ਤੇ ਗਏ ਹਨ ਸ੍ਰੀ ਗੁਰ ਤੇਗ ਬਹਾਦਰ ਥਾਂ, ਜਿੱਥੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਅਸਥਾਨ ਹੈ। ਖੜੇ ਹੋਏ ਦਰਬਾਰ ਅਗਾਰੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਪਿਤਾ ਜੀ ਦੇ ਦਰਬਾਰ ਦੇ ਅੱਗੇ ਸਤਿਗੁਰੂ ਖੜੇ ਹੋਏ ਹਨ। ਕਰ ਅਰਦਾਸ ਬੰਦਨਾ ਧਾਰੀ, ਗੁਰੂ ਪਿਤਾ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਅਰਦਾਸ ਕਰਕੇ ਨਮਸਕਾਰ ਕੀਤੀ, ਫੇਰ ਬਹੁਰੋ ਉੱਚੇ ਕੀਨ ਬਖਾਨ, ਕਲਗੀਧਰ ਪਿਤਾ ਜੀ ਨੇ ਉੱਚੀ ਆਵਾਜ਼ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਬਚਨ ਕੀਤਾ ਹੈ। ਹੈ ਕੋ ਸਾਧ ਰਹੇ ਇਸ ਥਾਂ, ਮਹਾਰਾਜ ਜੀ ਨੇ ਬਚਨ ਕੀਤਾ, ਕੋਈ ਐਸਾ ਸਾਧੂ ਕੋਈ ਐਸਾ ਸਿੱਖ ਹੈ ਜਿਹੜਾ ਇਸ ਅਸਥਾਨ ਤੇ ਸੇਵਾ ਕਰ ਸਕੇ। ਝਾੜੂ ਦੀਪਕ ਨਿਤ ਪ੍ਰਤ ਕਰੇ, ਇਹ ਨੌਵੇਂ ਗੁਰਦੇਵ ਜੀ ਦਾ ਅਸਥਾਨ ਹੈ ਜਿਹੜਾ ਇੱਥੇ ਝਾੜੂ ਦੀਪਕ ਆਦਿਕ ਦੀ ਸੇਵਾ ਨਿਤਾ ਪ੍ਰਤੀ ਕਰ ਸਕੇ, ਕੋਈ ਐਸਾ ਹੈ ਜਾਂ ਨਹੀਂ। ਸ੍ਰੀ ਗੁਰਦੇਵ ਸੇਵਾ ਹਿਤ ਧਰੇ, ਜੋ ਵੀ ਸਤਿਗੁਰੂ ਮਹਾਰਾਜ ਜੀ ਦੀ ਸੇਵਾ ਦੇ ਨਾਲ ਪਿਆਰ ਕਰਦਾ ਹੋਵੇ, ਤੀਨ ਬਾਰ ਗੁਰਬਚਨ ਉਚਾਰਾ, ਕੋਈ ਇਸ ਤਰ੍ਹਾਂ ਦਾ ਪਿਆਰ ਵਾਲਾ ਸੇਵਾਦਾਰ ਸਿੰਘ ਹੈ, ਇਹ ਬਚਨ ਸਤਿਗੁਰਾਂ ਨੇ ਜਦੋਂ 3 ਵਾਰ ਉਚਾਰਨ ਕੀਤਾ, ਨਹਿ ਕੋ ਬੋਲਿਓ ਡਰ ਔਰ ਧਾਰ, ਸਾਰੇ ਮਨ ਦੇ ਵਿੱਚ ਬੜੇ ਹੈਰਾਨ ਹੋਏ ਨੇ ਤੇ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਉੱਤਰ ਨਹੀਂ ਦਿੱਤਾ। ਅਚਰਜ ਸਵਾਂਗ ਵਿਸਾਲ ਅਰੰਭੇ, ਸਾਰੇ ਬੜੇ ਹੈਰਾਨ ਨੇ ਕਿ ਇਹ ਸਤਿਗੁਰੂ ਮਹਾਰਾਜ ਕੀ ਕੌਤਕ ਵਰਤਾ ਰਹੇ ਹਨ। ਰਹੀ ਨਾ ਧੀਰਜ ਭਏ ਅਚੰਭੇ, ਸਾਰੇ ਦੇ ਸਾਰੇ
ਬੜੇ ਹੈਰਾਨ ਨੇ, ਕਿਸੇ ਦੇ ਮਨ ਦੇ ਵਿਚ ਧੀਰਜ ਨਹੀਂ ਹੈ। ਇੱਕ ਗੁਰ ਬਖਸ਼ ਸਾਧ ਢਿੱਗ ਖਰਿਓ, ਪਰ ਉਹ ਸਾਰਿਆਂ ਦੇ ਵਿਚੋਂ ਇੱਕ ਭਾਈ ਗੁਰਬਖਸ਼ ਸਿੰਘ ਸਾਧੂ, ਉਹ ਜੋ ਨੇੜੇ ਖੜਾ ਸੀ, ਕਿਸੇ ਬਲੋਕ ਤੁੰਬਾ ਕੁਚਰਿਓ, ਉਹਦੇ ਵੱਲ ਦੇਖ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਨਾਲ ਬਚਨ ਕੀਤਾ ਹੈ, ਬਸ ਇਹ ਤੁਮ ਸੇਵਾ ਕਰੋ। ਭਾਈ ਗੁਰਬਖਸ਼ ਸਿੰਘ ਜੀ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਸਾਹਿਬ ਜੀ ਤੁਸੀਂ ਇਸ ਅਸਥਾਨ ਤੇ ਵਾਸਾ ਕਰੋ ਤੇ ਸੇਵਾ ਨਿਭਾਓ। ਕਰ ਸੇਵਾ ਨਿਜਨਮ ਸੁਧਰੋ, ਤੁਸੀਂ ਇੱਥੇ ਸਤਿਗੁਰਾਂ ਦੇ ਦਰ ਤੇ ਰਹਿ ਕੇ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੋ। ਮਹਾਦੇਵ ਤਿਸ ਕਾ ਗੁਰ ਬੋਲਾ, ਔਰ ਭਾਈ ਗੁਰਬਖਸ਼ ਸਿੰਘ ਜੀ ਤੋਂ ਵੱਡੇ ਜਿਹੜੇ ਜਿਨ੍ਹਾਂ ਦੀ ਉਹ ਸੰਗਤ ਦੇ ਵਿਚ ਜ਼ਿਆਦਾਤਰ ਰਹਿੰਦੇ ਸਨ ਤੇ ਉਹਨਾਂ ਦੀ ਆਗਿਆ ਦੇ ਵਿਚ ਵੀ ਚੱਲਦੇ ਸਨ, ਉਹ ਜਿਹੜੇ ਮਹੰਤ ਸਨ ਉਹ ਫਿਰ ਅੱਗੋਂ ਬੋਲੇ ਹਨ, ਹਾਏ ਕਹਾਂ ਤੇ ਰਹੇ ਅਡੋਲ। ਉਹ ਮਹੰਤ ਜਿਹਦਾ ਨਾਮ ਮਹਾਦੇਵ ਸੀ, ਉਹ ਕਹਿਣ ਲੱਗਾ, ਮਹਾਰਾਜ ਇਹ ਚਲੋ ਇੱਥੇ ਰਹਿ ਤੇ ਜਾਵੇਗਾ, ਆਪ ਜੀ ਦੀ ਆਗਿਆ ਸਤ ਬਚਨ ਹੈ, ਪਰ ਇਹ ਇੱਥੇ ਖਾਵੇਗਾ ਕੀ, ਇੱਥੇ ਰਵੇਗਾ ਕਿਸ ਤਰ੍ਹਾਂ ਦੇ ਨਾਲ। ਮਹਾਕੁਮਤ ਧਰ ਨੀਚ ਪਹਾੜੀ, ਮਹਾਰਾਜ ਤੁਸੀਂ ਜਾਣਦੇ ਹੋ ਇਹ ਪਹਾੜੀ ਇਲਾਕਾ ਹੈ ਤੇ ਇੱਥੋਂ ਦੇ ਲੋਕ ਜਿਹੜੇ ਪਹਾੜੀ ਲੋਕ ਨੇ ਬੜੇ ਨੀਚ ਬੜੀ ਮਾੜੀ ਮਤ ਵਾਲੇ ਹਨ। ਕਰੇ ਬੈਰ ਪਹਚਾ ਤੁਮਾਰੀ, ਮਹਾਰਾਜ ਤੁਹਾਡੇ ਤੋਂ ਬਗੈਰ ਤੁਸੀਂ ਚੱਲੇ ਹੋ, ਖਾਲਸਾ ਪੰਥ ਸਾਰਾ ਚਲੇ ਗਿਆ, ਪਰਿਵਾਰ ਆਪ ਜੀ ਦਾ ਚੱਲਿਆ ਹੈ ਤੇ ਇਹ ਵਿਚਾਰਾ ਇੱਥੇ ਕਿਵੇਂ ਰਹੇਗਾ, ਔਰ ਇਹਦੇ ਨਾਲ ਇਹ ਸਾਰੇ ਬੜਾ ਵੈਰ ਰੱਖਣਗੇ। ਭੋਜਨ ਚਾਹੀਏ ਨਿਤ ਪ੍ਰਤਖਾਨੇ, ਮਹਾਰਾਜ ਫਿਰ ਪ੍ਰਸ਼ਾਦੇ ਪਾਣੀ ਦਾ ਗੁਜ਼ਾਰਾ ਕਿਵੇਂ ਹੋਵੇਗਾ, ਕਿਉਂਕਿ ਪ੍ਰਸ਼ਾਦਾ ਪਾਣੀ ਉਹ ਤੇ ਨਿਤਾ ਪ੍ਰਤੀ ਖਾਣ ਦੇ ਲਈ ਚਾਹੀਦਾ ਹੈ। ਤੂੰ ਬਿਨ ਹਮ ਕੋ ਨਾ ਜਾਣੇ, ਮਹਾਰਾਜ ਤੁਹਾਡੇ ਤੋਂ ਬਗੈਰ ਸਾਡਾ ਕੌਣ ਵਾਲੀ ਵਾਰਸ ਹੈ, ਤੁਹਾਡੇ ਤੋਂ ਬਗੈਰ ਤੇ ਸਾਨੂੰ ਇੱਥੇ ਕੋਈ ਜਾਣਦਾ ਹੀ ਨਹੀਂ। ਕਹੇ ਕਹਾਂ ਰਾਵਰ ਸਭ ਜਾਣੇ, ਮਹਾਰਾਜ ਹੋਰ ਵੀ ਬਹੁਤ ਸਾਰੇ ਜੀਵਨ ਦੇ ਦੁੱਖ ਨੇ, ਕੇਵਲ ਰਹਿਣ ਦੀ ਜਾਂ ਖਾਣ ਦੀ ਹੀ ਗੱਲ ਨਹੀਂ, ਹੋਰ ਵੀ ਕਈ ਤਰ੍ਹਾਂ ਦੀਆਂ ਜੀਵਨ ਦੀਆਂ ਮੁਸੀਬਤਾਂ ਹੁੰਦੀਆਂ ਨੇ ਜੋ ਇੱਥੇ ਰਹਿੰਦਿਆਂ ਹੋਇਆਂ ਇਹਨੂੰ ਚੱਲਣੀਆਂ ਪੈਣਗੀਆਂ, ਉਹ ਸਾਰੀਆਂ ਤੁਸੀਂ ਜਾਣਦੇ ਹੋ। ਸੁਣ ਸ਼੍ਰੀ ਮੁਖ ਤੇ ਤਿਸੇ ਉਚਾਰ, ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਮਹਾਦੇਵ ਦੇ ਬਚਨਾਂ ਨੂੰ ਤੇ ਇਸ ਤਰ੍ਹਾਂ ਬਚਨ ਕੀਤਾ ਹੈ, ਇਹ ਸੱਚੋ ਹੈ ਗੁਰ ਦਰਬਾਰ। ਸਤਿਗੁਰੂ ਕਹਿਣ ਲੱਗੇ, ਮਹਾਦੇਵ ਇਹ ਸੱਚੇ ਗੁਰੂ ਦਾ ਦਰਬਾਰ ਹੈ, ਕੋਈ ਆਮ ਦਰਬਾਰ ਨਹੀਂ ਹੈ। ਅੰਨ ਭਰੀ ਗਾਡੀ ਇਹ ਖੜੀ, ਸਤਿਗੁਰੂ ਮਹਾਰਾਜ ਕਹਿਣ ਲੱਗੇ, ਜੇ ਤੁਹਾਨੂੰ ਜ਼ਿਆਦਾ ਫਿਕਰ ਹੈ, ਆ ਥੋੜਾ ਜਿਹਾ ਜਿਹੜਾ ਅੰਨ ਹੈ ਗੱਡੀ ਦੇ ਉੱਪਰ ਲੱਦਾ ਹੋਇਆ, ਇਹ ਤੁਸੀਂ ਦੇਖ ਲਵੋ। ਸੋ ਸੰਭਾਲ ਰੱਖੋ ਲਿਓ ਧਰੀ, ਇਹ ਵੈਸੇ ਤੇ ਅਸੀਂ ਨਾਲ ਲੈ ਕੇ ਜਾ ਰਹੇ ਸੀ, ਪਰ ਇਹ ਜਿਹੜਾ ਸਮਾਨ ਹੈ ਅੰਨ ਹੈ ਗੱਡੇ ਤੇ ਲੱਦਿਆ, ਇਹ ਤੁਸੀਂ ਸੰਭਾਲ ਕੇ ਰੱਖ ਲਵੋ। ਸੰਧਿਆ ਸਮੇਂ ਸਦਾ ਗੁਰ ਦਰਸ਼ਨ, ਔਰ ਇਹ ਸਮਾਨ ਰੱਖ ਲਵੋ, ਔਰ ਇਹ ਸਤਿਗੁਰੂ ਮਹਾਰਾਜ ਜੀ ਦਾ ਅਸਥਾਨ ਹੈ, ਇੱਥੇ ਸੇਵਾ ਕਰਨੀ, ਔਰ ਸ਼ਾਮ ਦੇ ਸਮੇਂ ਸੰਧਿਆ ਦੇ ਸਮੇਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨੇ। ਬਰਤ ਹੈ ਵਿੱਚ ਦੀਵਾਨ ਕੇ ਪਰਸਨ, ਜਦੋਂ ਸ਼ਾਮ ਦੇ ਸਮੇਂ ਦਰਬਾਰ ਸਜਾਇਆ ਜਾਵੇਗਾ ਤੇ ਗੁਰੂ ਮਹਾਰਾਜ ਜੀ ਦੇ ਇੱਥੋਂ ਹੀ ਤੁਹਾਨੂੰ ਦਰਸ਼ਨ ਹੋਣਗੇ, ਔਰ ਇੱਥੇ ਦੋਨੋਂ ਸਮੇਂ ਸਵੇਰੇ ਸ਼ਾਮ ਲੰਗਰ ਚੱਲੇਗਾ। ਕਿਸ ਪ੍ਰਕਾਰ ਹੋਏ ਕਮੀ ਨਾ ਕਾਈ, ਇਹ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਦਰ ਹੈ ਤੇ ਜਿੱਥੇ ਸਤਿਗੁਰਾਂ ਦੀ ਕਿਰਪਾ ਹੋਵੇ, ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਜਿੱਥੇ ਸਤਿਗੁਰਾਂ ਦੀ ਕਿਰਪਾ ਹੋਵੇ, ਕੋਈ ਕਿਤਨਾ ਖਾਵੇ ਖਰਚੇ, ਉੱਥੇ ਤੋਟਾ ਨਹੀਂ ਆਉਂਦਾ, ਇਹ ਸੱਚੇ ਗੁਰੂ ਦਾ ਦਰ ਹੈ, ਘਾਟਾ ਨਹੀਂ ਰਹੇਗਾ। ਨਿਸ ਦਿਨ ਹਮ ਤੁਮ ਹੋਏ ਸਹਾਈ, ਔਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਭਰੋਸਾ ਦਿੰਦਿਆਂ ਹੋਇਆਂ ਬਚਨ ਕੀਤਾ, ਅਸੀਂ ਵੀ ਦਿਨ ਰਾਤ ਤੁਹਾਡੇ ਸਹਾਇਕ ਹੋਵਾਂਗੇ। ਨਹਿ ਕਿਮ ਗਮੀ ਕਰੋ ਮਨ ਮਾਹੀ, ਤੁਸੀਂ ਕਿਸੇ ਤਰ੍ਹਾਂ ਦਾ ਕੋਈ ਗਮ ਕੋਈ ਚੋਰਾ ਮਨ ਦੇ ਵਿਚ ਨਾ ਕਰੋ। ਇਸ ਥਲ ਕਮੀ ਹੋਏ ਕਿਮ ਨਹੀਂ, ਇਹ ਅਨੰਦਪੁਰ ਸਾਹਿਬ ਦਾ ਪਾਵਨ ਅਸਥਾਨ ਹੈ, ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਸਾਇਆ, ਇੱਥੇ ਕਿਸੇ ਤਰ੍ਹਾਂ ਦਾ ਘਾਟਾ ਨਹੀਂ ਹੋਵੇਗਾ। ਇਤਿਆਦਿ ਧੀਰਜ ਦੀਨੀ, ਇਤਿਆਦਿਕ ਇਹ ਸਾਰੇ ਬਚਨ ਕਹਿ ਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ ਹੈ। ਤਬ ਤਿਨ ਸੁਣ ਪਦ ਬੰਧਨ ਕੀਨੀ, ਫਿਰ ਉਹਨਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਤੇ ਗੁਰੂ ਬਚਨ ਸਨ ਤੋ ਬਚਨਾਂ ਨੂੰ ਸਤ ਬਚਨ ਕਰਕੇ ਮੰਨਿਆ ਤੇ ਫਿਰ ਉਹਨਾਂ ਨੂੰ ਧੀਰਜ ਟਕਾ ਮਿਲਿਆ ਹੈ। ਰਹਿਓ ਧੀਰ ਧਾਰ ਗੁਰ ਬਚਨ ਮਾਨੇ, ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕੇ ਉਹ ਧੀਰਜ ਧਾਰ ਕੇ ਉੱਥੇ ਰਹੇ। ਗੁਰੂ ਦਾ ਸਿੱਖ ਹੈ ਹੀ ਉਹ ਜਿਹੜਾ ਗੁਰੂ ਦੇ ਬਚਨਾਂ ਤੇ ਪੂਰਾ ਉਤਰੇ, ਸਤਿਗੁਰੂ ਤੇ ਕਿਰਪਾ ਕਰਦੇ ਨੇ। ਸੋ ਸਿੱਖ ਸਖਾ ਬੰਧਪ ਹੈ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਹੀ ਉਹ ਹੈ, ਸੰਤ ਹੀ ਉਹ ਹੈ, ਭਗਤ ਹੀ ਉਹ ਹੈ,
ਜਿਹੜਾ ਗੁਰੂ ਦੇ ਪਾਣੇ ਵਿੱਚ ਚੱਲਦਾ ਹੈ। ਪ੍ਰਭੂ ਪਰਕਰਮਾ ਕਰਤ ਪਿਆ ਨੇ, ਸਤਿਗੁਰੂ ਮਹਾਰਾਜ ਜੀ ਨੇ ਪਾਵਨ ਅਸਥਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਸ ਦੀਆਂ ਪਰਿਕਰਮਾ ਕੀਤੀਆਂ ਤੇ ਫਿਰ ਚੱਲਣਾ ਕੀਤਾ ਹੈ। ਸਜਿਓ ਤੁਰੰਗਮ ਤਤ ਸ਼ਨਿ ਆਇਓ, ਔਰ ਇੱਕ ਸੱਜਿਆ ਹੋਇਆ ਸਤਿਗੁਰੂ ਮਹਾਰਾਜ ਜੀ ਦੀ ਅਸਵਾਰੀ ਕਰਨ ਵਾਲਾ ਸਤਿਗੁਰਾਂ ਦਾ ਘੋੜਾ ਉਹ ਕਾਠੀ ਪਾਈ ਹੋਈ ਸੱਜਿਆ ਤਿਆਰ ਬਰ ਤਿਆਰ ਆਇਆ ਹੈ। ਭਏ ਅਰੂਢਨ ਚੱਲਿਓ ਭਾਇਓ, ਸਤਿਗੁਰੂ ਮਹਾਰਾਜ ਜੀ ਉਸ ਘੋੜੇ ਦੇ ਉੱਪਰ ਅਸਵਾਰ ਹੋਏ ਨੇ ਤੇ ਚੱਲਣ ਦਾ ਸਤਿਗੁਰੂ ਮਹਾਰਾਜ ਜੀ ਨੇ ਨਿਰਣਾ ਕੀਤਾ ਹੈ। ਦਇਆ ਸਿੰਘ ਆਲਮ ਸਿੰਘ ਸਾਥ, ਸਤਿਗੁਰੂ ਮਹਾਰਾਜ ਜੀ ਦੇ ਨਾਲ ਭਾਈ ਦਇਆ ਸਿੰਘ ਪੰਜ ਪਿਆਰਿਆਂ ਦੇ ਵਿੱਚੋਂ ਸ਼੍ਰੋਮਣੀ ਉਹ ਨੇ, ਔਰ ਨਾਲ ਭਾਈ ਆਲਮ ਸਿੰਘ ਜੀ ਹਨ। ਉਦੈ ਸਿੰਘ ਆਗੇ ਚੱਲ ਨਾਥ, ਫਿਰ ਭਾਈ ਉਦੈ ਸਿੰਘ ਜੀ ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਅੱਗੇ ਚੱਲਦੇ ਹਨ। ਮੁਕਤੇ ਸਿੰਘ ਬਾਮ ਦਿਸ਼ਾ ਚੱਲੇ, ਔਰ ਫਿਰ ਪੰਜ ਸਿੰਘ ਉਹ ਜਿਨ੍ਹਾਂ ਨੂੰ ਮੁਕਤੇ ਸਿੰਘ ਦਾ ਖਿਤਾਬ ਦਿੱਤਾ ਸਤਿਗੁਰਾਂ ਨੇ, ਮੁਕਤੇ ਸਿੰਘ ਉਹ ਸਨ ਜਿਨ੍ਹਾਂ ਨੇ ਪੰਜ ਪਿਆਰੇ ਸਹਿਬਾਨ ਤੋਂ ਬਾਅਦ ਦੇ ਵਿੱਚ ਅੰਮ੍ਰਿਤ ਛਕਿਆ, ਜਿਨ੍ਹਾਂ ਨੇ ਪੰਜ ਸਿੰਘਾਂ ਨੇ ਸਭ ਤੋਂ ਪਹਿਲਾਂ ਸੀਸ ਦਿੱਤੇ ਸਨ ਅੰਮ੍ਰਿਤ ਛਕਿਆ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਆਂ ਦੀ ਪਦਵੀ ਦਿੱਤੀ ਸੀ, ਤੇ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਪੰਜਾਂ ਨੇ ਅੰਮ੍ਰਿਤ ਛਕਿਆ ਦੂਸਰੇ ਪੰਜ, ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਮੁਕਤਿਆਂ ਦੀ ਪਦਵੀ ਦਿੱਤੀ ਸੀ। ਤੋ ਇਹ ਜਿਹੜੇ ਪੰਜ ਮੁਕਤੇ ਸਿੰਘ ਨੇ ਇਹ ਵੀ ਸਤਿਗੁਰੂ ਮਹਾਰਾਜ ਜੀ ਦੇ ਇੱਕ ਪਾਸੇ ਨਾਲ ਚੱਲਦੇ ਹਨ। ਮੋਹਕਮ ਸਿੰਘ ਸਾਹਿਬ ਸਿੰਘ ਭਲੇ, ਫਿਰ ਪਿਆਰੇ ਸਿੰਘਾਂ ਦੇ ਵਿੱਚੋਂ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਜੀ ਜੋ ਸਿੰਘ ਹਨ, ਪ੍ਰਭ ਕੇ ਦਾਹਨ ਪਾਸੇ ਹੋਏ, ਇਹ ਸਤਿਗੁਰੂ ਮਹਾਰਾਜ ਜੀ ਦੇ ਸੱਜੇ ਪਾਸੇ ਚੱਲਦੇ ਹਨ। ਪਿੱਛੇ ਚਲੇ ਸਿੰਘ ਸਭ ਕੋਏ, ਹੋਰ ਬਾਕੀ ਦੇ ਜਿਹੜੇ ਬਹੁਤ ਸਾਰੇ ਸਿੰਘ ਹਨ ਉਹ ਸਤਿਗੁਰਾਂ ਦੇ ਪਿੱਛੇ ਪਿੱਛੇ ਚੱਲਦੇ ਹਨ। ਸਤਿਗੁਰ ਕੇ ਕੋਲੇ ਬੀਚ ਪਿਆ, ਇਸ ਤਰ੍ਹਾਂ ਦੇ ਨਾਲ ਕੁਝ ਸਿੰਘ ਅੱਗੇ ਨੇ, ਕੁਝ ਸੱਜੇ ਨੇ, ਕੁਝ ਖੱਬੇ ਨੇ ਤੇ ਕੁਝ ਪਿਛਲੇ ਪਾਸੇ ਨੇ, ਤੇ ਸਤਿਗੁਰੂ ਮਹਾਰਾਜ ਉਹਨਾਂ ਦੇ ਵਿੱਚ ਤਾਰਿਆਂ ਦੇ ਵਿੱਚ ਜਿਵੇਂ ਚੰਦਰਮਾ ਸੋਭਦਾ ਹੈ ਇਸ ਤਰ੍ਹਾਂ ਦੇ ਨਾਲ ਚੱਲਦੇ ਹਨ। ਜਿਹੜੇ ਅਜੀਤ ਸਿੰਘ ਧਨ ਪਾਨੇ, ਫਿਰ ਸਤਿਗੁਰੂ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਉਹ ਵੀ ਆਪਣਾ ਤੀਰ ਕਮਾਨ ਲੈ ਕੇ ਨਾਲ ਚੜੇ ਹਨ। ਜੋਰਾਵਰ ਸਿੰਘ ਦੂਸਰ ਆਨੰਦ, ਫਿਰ ਸਤਿਗੁਰੂ ਮਹਾਰਾਜ ਜੀ ਦੇ ਦੂਸਰੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਉਹ ਵੀ ਨਾਲ ਸਤਿਗੁਰਾਂ ਦੇ ਚੱਲਦੇ ਹਨ। ਜੋਰਾਵਰ ਸਿੰਘ ਦੂਸਰ ਆਨੰਦ, ਸਤਿਗੁਰੂ ਮਹਾਰਾਜ ਜੀ ਦੇ ਦੂਸਰੇ ਸਾਹਿਬਜ਼ਾਦਾ ਜੋ ਹਨ ਉਹ ਵੀ ਸਤਿਗੁਰਾਂ ਦੇ ਨਾਲ ਹਨ। ਕਹਲੇ ਪਿਤਾ ਪਹਿਚਾਤ ਆਮੰਦ, ਔਰ ਇਹ ਦੋਨੋਂ ਸਾਹਿਬਜ਼ਾਦੇ ਸਤਿਗੁਰੂ ਮਹਾਰਾਜ ਜੀ ਦੇ ਪਿੱਛੇ ਪਿੱਛੇ ਹੌਲੀ ਹੌਲੀ ਪਿਆਰੀ ਚਾਲ ਦੇ ਵਿੱਚ ਤੁਰਦੇ ਹਨ। ਹਿੰਮਤ ਸਿੰਘ ਆਦਿਕ ਸਿੰਘ ਘਣੇ, ਔਰ ਫਿਰ ਹੋਰ ਬਹੁਤ ਸਾਰੇ ਸਿੰਘ ਜਿਨ੍ਹਾਂ ਦੇ ਵਿੱਚ ਭਾਈ ਹਿੰਮਤ ਸਿੰਘ ਇਤਿਆਦਿਕ ਹਨ ਇਹ ਸਾਰੇ ਚੱਲੇ ਹਨ। ਧਨੁਖ ਤੁਫੰਗ ਅੰਗ ਧਾਰ ਬਣੇ, ਇਹਨਾਂ ਸਾਰਿਆਂ ਨੇ ਆਪਣੇ ਮੋਢਿਆਂ ਦੇ ਉੱਪਰ ਕਿਸੇ ਨੇ ਤੀਰ ਕਮਾਨ ਲਿਆ ਹੈ, ਕਿਸੇ ਨੇ ਤੀਰਾਂ ਦੇ ਪੱਥੇ ਚੱਕੇ ਨੇ, ਕਿਸੇ ਨੇ ਮੋਢੇ ਤੇ ਬੰਦੂਕਾਂ ਚੱਕੀਆਂ ਹਨ। ਤੋੜੇ ਸੁਲਗਤ ਕਸੇ ਦੁਗਾੜੇ, ਔਰ ਉਹਨਾਂ ਬੰਦੂਕਾਂ ਨੂੰ ਸਿੱਧਾ ਨਹੀਂ ਰੱਖਿਆ, ਉਹਨਾਂ ਦੇ ਵਿੱਚ ਤੋੜੇ ਤੁਲਖਦੇ ਹਨ ਤੇ ਉਹਨਾਂ ਨੂੰ ਤਿਆਰ ਬਰ ਤਿਆਰ ਕਰਕੇ ਰੱਖਿਆ ਹੈ। ਜੜੇ ਕਲਾ ਪਰ ਮੋੜਤ ਝਾੜੇ, ਉਹਨਾਂ ਨੂੰ ਕਲਾ ਦੇ ਉੱਪਰ ਕਰਕੇ ਜੜਿਆ ਹੋਇਆ ਹੈ ਤੇ ਪੂਰੇ ਤੋੜੇ ਮਰੋੜ ਕੇ ਰੱਖੇ ਨੇ। ਪੁਰਾਣੀਆਂ ਬੰਦੂਕਾਂ ਅੱਜ ਦੀ ਤਰ੍ਹਾਂ ਨਹੀਂ ਚੱਲਦੀਆਂ ਸਨ, ਉਹਨਾਂ ਦੇ ਪਲੀਤੇ ਤਿਖਾਉਣੇ ਪੈਂਦੇ ਸਨ, ਕਲਾ ਹੁੰਦੀ ਸੀ ਇੱਕ ਸਾਈਡ ਤੇ, ਉਹਨੂੰ ਮੋੜਨਾ ਪੈਂਦਾ ਸੀ। ਤੋ ਇਹ ਸਾਰਾ ਕੁਝ ਇਹਨਾਂ ਨੇ ਕਲਾ ਮੋੜ ਕੇ ਪਲੀਤੇ ਤਿਖਾ ਕੇ ਰੱਖੇ ਹਨ। ਲਈ ਬਰੂਦ ਜਮਾਏ ਪਲੀਤੇ, ਫਿਰ ਹੋਰ ਬਹੁਤ ਸਾਰਾ ਜਿਹੜਾ ਬਰੂਦ ਸੀ ਉਹ ਵੀ ਨਾਲ ਲਿਆ ਹੋਇਆ ਹੈ ਬੰਦੂਕਾਂ ਦੇ ਲਈ। ਕਹਿੰਨੇ ਸਰਪੋਸ ਉਘਾੜਨ ਕੀਤੇ, ਕਿੰਨ ਸਰਪੋਸ ਉਘਾੜਨ ਕੀਤੇ, ਕਈਆਂ ਨੇ ਜਿਹੜੇ ਸਰਪੋਸ ਨੇ ਉਹ ਉਘਾੜਨ ਕੀਤੇ, ਭਾਵ ਉਹਨਾਂ ਬੰਦੂਕਾਂ ਨੂੰ ਬਿਲਕੁਲ ਤਿਆਰ ਰੱਖਿਆ ਹੋਇਆ ਹੈ। ਕੀਤੇ ਖੱਚਰਨ ਤੀਰਨ ਭਾਰ, ਕਈ ਜਿਹੜੇ ਸਿੰਘ ਹਨ ਉਹਨਾਂ ਨੇ ਖੱਚਰਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਤੀਰਾਂ ਦੇ ਭਾਰ ਲੱਦੇ ਹੋਏ ਹਨ। ਲਾਦ ਲਈ 40 ਪ੍ਰਬਲਾਰ, ਇਸ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਨੇ ਤਿਆਰੀ ਕਰਦਿਆਂ ਸਮੇਂ ਬਹੁਤ ਸਾਰੇ ਜਿਹੜੇ ਤੀਰ ਬਣਾ ਕੇ ਰੱਖੇ ਹੋਏ ਸਨ ਉਹ ਸਾਰੇ ਖੱਚਰਾਂ ਦੇ ਉੱਪਰ ਲੱਦ ਕੇ ਚੱਲੇ ਹਨ। ਪਨੀਅਰ ਸੇ ਖਪਰੇ ਖਰ ਖਰੇ, ਔਰ ਸਤਿਗੁਰੂ ਮਹਾਰਾਜ ਜੀ ਦੇ ਆਪਣੇ ਜਿਹੜੇ ਤੀਰ ਨੇ ਉਹ ਇਸ ਤਰ੍ਹਾਂ ਦੇ ਨੇ ਜਿਵੇਂ ਫਨੀਅਰ ਨਾਗ ਹੋਣ, ਔਰ ਖਪਰੇ ਤੀਰ ਨੇ ਖਪਰੇ ਜਿਵੇਂ ਖੱਪਰ ਚੌੜਾ ਹੁੰਦਾ ਹੈ ਇਸ ਤਰ੍ਹਾਂ ਦੇ ਨਾਲ ਚੌੜੇ ਫਾਲੇ ਵਾਲੇ ਤੀਰ ਹਨ। ਛੇਲੇ ਤੋਮਰ ਸਾਂਗਣ ਧਰੇ, ਬਹੁਤ ਸਾਰੇ ਨੇਜੇ ਬਰਛੇ ਤੋਮਰ ਇਤਿਆਦਿਕ ਹਨ। ਸਨੇ ਸਨੇ ਗਮਨੇ ਮਗ ਬੀਚ, ਇਹ ਸਾਰਾ ਕੁਝ ਲੈ ਕੇ ਹੌਲੀ ਹੌਲੀ ਸਤਿਗੁਰੂ ਚੱਲੇ ਜਾ ਰਹੇ ਨੇ। ਦੂਰ ਖੜੇ ਪਿਖ ਊਚ ਅਰ ਨੀਚ, ਦੂਰ ਖੜੇ ਹੋਏ ਸਤਿਗੁਰੂ ਮਹਾਰਾਜ ਇਧਰ ਉਧਰ ਉੱਚੇ ਥਾਂ ਤੇ ਖੜ ਕੇ ਦੇਖਦੇ ਹਨ। ਕੇਤ ਕੋਸ ਪ੍ਰਭੂ ਪ੍ਰਸਥਾਨੇ, ਜਦੋਂ ਇਸ ਤਰ੍ਹਾਂ ਚੱਲਦਿਆਂ ਹੋਇਆ ਕੁਝ ਕੋਸ ਸਤਿਗੁਰੂ ਲੰਘ ਗਏ ਹਨ।
ਭਏ ਰਿਪਨਾਹੇ ਨਾ ਜਾਣੇ। ਇਧਰ ਹਨੇਰਾ ਬਹੁਤ ਜ਼ਿਆਦਾ ਸੀ, ਕਾਲੀ ਰਾਤ ਸੀ, ਵੈਰੀਆਂ ਨੂੰ ਕੁਝ ਪਤਾ ਨਹੀਂ ਚੱਲਿਆ। ਕਰੇ ਪ੍ਰਤੀਖਣ ਨਿਕਸਹਿ ਜਬ, ਬਾਹਰ ਦੀ ਫੌਜ ਸਾਰੀ ਇਹ ਉਡੀਕ ਦੇ ਵਿਚ ਹੈ ਕਿ ਕਦੋਂ ਸਤਿਗੁਰੂ ਮਹਾਰਾਜ ਜੀ ਨਿਕਲਣਗੇ। ਘੇਰ ਗੁਰੂ ਕੋ ਗਹ ਲਿਹੋ ਤਬ, ਉਹਨਾਂ ਨੇ ਮਨ ਦੇ ਵਿਚ ਸੋਚਿਆ ਕਿ ਜਦੋਂ ਸਤਿਗੁਰੂ ਮਹਾਰਾਜ ਕਿਲੇ ਦੇ ਵਿਚੋਂ ਬਾਹਰ ਨਿਕਲ ਕੇ ਥੋੜਾ ਅੱਗੇ ਚਲੇ ਜਾਣਗੇ ਫਿਰ ਘੇਰ ਲਵਾਂਗੇ। ਰਾਮ ਕਨੌਲੇ ਲੱਗ ਚੱਲਿਆ ਏ, ਸਤਿਗੁਰੂ ਮਹਾਰਾਜ ਜੀ ਚੱਲਦਿਆਂ ਚੱਲਦਿਆਂ ਜਿੱਥੇ ਰਾਮ ਕਨੌਲੇ ਨਾਂ ਦਾ ਪਿੰਡ ਹੈ ਇੱਥੇ ਤੱਕ ਸਤਿਗੁਰੂ ਮਹਾਰਾਜ ਪਹੁੰਚੇ ਹਨ। ਸਿੰਘ ਪੰਚ ਸਹਿ ਗੋਲ ਬਣਾਏ, ਸਤਿਗੁਰੂ ਮਹਾਰਾਜ ਜੀ ਦੇ ਨਾਲ ਜਿਹੜੇ ਸਿੰਘ ਨੇ ਉਹਨਾਂ ਦੀ ਗਿਣਤੀ ਤਕਰੀਬਨ 500 ਦੇ ਕਰੀਬ ਹੈ ਔਰ ਉਹ ਗੋਲ ਘੇਰੇ ਦੇ ਵਿਚ ਸਰਕਲ ਦੇ ਵਿਚ ਚੱਲਦੇ ਹਨ। ਦੁਰਜਣ ਖਰੇ ਰਹੇ ਪਹਚਾਤੇ, ਜਿਹੜੇ ਖੋਟੀ ਮੱਤ ਵਾਲੇ ਮੁਗਲ ਪਹਾੜੀ ਹਨ ਉਹ ਪਿੱਛੇ ਅਜੇ ਰਹਿ ਗਏ ਹਨ। ਪਰ ਅਨੁਮਾਨ ਸਗਲ ਸੁਧ ਜਾਤੇ, ਉਹਨਾਂ ਸਾਰਿਆਂ ਨੇ ਫਿਰ ਮਨ ਦੇ ਵਿਚ ਇਸ ਤਰ੍ਹਾਂ ਦੇ ਨਾਲ ਵਿਚਾਰ ਕੀਤੀ ਹੈ, ਗੁਰੂ ਦੁਰਗ ਮੈਂ ਅਬ ਥਿਰ ਨਾਹੀ। ਉਹਨਾਂ ਨੇ ਦੇਖਿਆ ਕਿ ਹੁਣ ਕੋਈ ਰੌਲਾ ਰੱਪਾ ਕੋਈ ਆਵਾਜ਼ ਨਹੀਂ ਪੈ ਰਹੀ, ਲੱਗਦਾ ਹੈ ਸਤਿਗੁਰੂ ਦੂਰ ਚਲੇ ਗਏ ਨੇ ਕਿਲੇ ਤੋਂ। ਰੌਲਾ ਨਹਿ ਲਖੀਅਤ ਦਿਸ਼ਤਾ ਹੀ, ਕਿਉਂਕਿ ਕੋਈ ਆਵਾਜ਼ ਨਹੀਂ, ਸਿੰਘ ਹੁੰਦੇ ਨੇ ਉਹਨਾਂ ਦੇ ਬੱਚੇ ਪਰਿਵਾਰ ਹੋਵੇਗਾ, ਕੋਈ ਆਵਾਜ਼ ਤੇ ਹੋਣੀ ਚਾਹੀਦੀ ਸੀ ਤੋ ਕੋਈ ਆਵਾਜ਼ ਨਹੀਂ ਆ ਰਹੀ। ਪਰੇ ਅਗਾਰੀ ਗਏ, ਇਸ ਕਰਕੇ ਉਹਨਾਂ ਨੇ ਸੋਚਿਆ ਕਿ ਲੱਗਦਾ ਹੈ ਉਹ ਕਿਲਾ ਛੱਡ ਕੇ ਕਾਫੀ ਅੱਗੇ ਲੰਘ ਗਏ ਹਨ। ਮਾਰਗ ਦੂਰ ਉਲੰਘਤ ਪਏ, ਔਰ ਮਾਰਗ ਜਿਹੜਾ ਹੈ ਉਹ ਬਹੁਤ ਉਹਨਾਂ ਨੇ ਤੈਅ ਕਰ ਲਿਆ ਹੈ, ਛੇਤੀ ਚਲੇ ਗਏ ਹੋਣਗੇ। ਹਿਮ ਲਾਹ ਕਰ ਅਸਵਾਰ ਧਵਾਏ, ਇਸ ਤਰ੍ਹਾਂ ਦੇ ਨਾਲ ਜਾਣ ਕੇ ਉਹਨਾਂ ਨੇ ਬੜੀ ਛੇਤੀ ਦੇ ਨਾਲ ਪਿੱਛੇ ਫੌਜ ਨੂੰ ਦੌੜਾਇਆ ਹੈ। ਸੂਨ ਪਰਿਓ ਗੜ੍ਹ ਦੇਖਿਓ ਜਾਏ, ਜਦੋਂ ਇਹ ਫੌਜ ਦੇ ਕੁਝ ਸਿਪਾਹੀਆਂ ਨੇ ਆ ਕੇ ਦੇਖਿਆ ਕਿ ਕਿਲਾ ਤੇ ਬਿਲਕੁਲ ਖਾਲੀ ਸੁਨਸਾਨ ਹੈ। ਕਬ ਖਵਾਜਾ ਮਰਦੂਦ ਗੁਲਾਮ, ਇੱਧਰ ਜਦੋਂ ਖਵਾਜਾ ਮਰਦੂਦ ਜਿਹਦੇ ਕੋਲ ਚਿੱਠੀ ਆਈ ਸੀ ਤੇ ਜਿਹਨੇ ਕਸਮਾਂ ਖਾਧੀਆਂ ਸਨ ਕਈ ਤਰ੍ਹਾਂ ਦੀਆਂ, ਉਹਨੇ ਇਸ ਤਰ੍ਹਾਂ ਦੇ ਨਾਲ ਆਖਿਆ ਹੈ। ਰਿਸ ਬੋਲਿਓ ਦਲ ਸੰਗ ਤਮਾਮ, ਉਹ ਬੜੀ ਉੱਚੀ ਆਵਾਜ਼ ਦੇ ਵਿਚ ਗੁੱਸੇ ਦੇ ਨਾਲ ਆਪਣੀ ਫੌਜ ਦੇ ਤਾਂ ਇਸ ਤਰ੍ਹਾਂ ਬੋਲਿਆ ਹੈ। ਘੇਰੋ ਅਗਰ ਜਾਏ ਕਰਿਆ ਸੇ, ਖਵਾਜਾ ਮਰਦੂਦ ਕਹਿਣ ਲੱਗਾ ਛੇਤੀ ਦੇ ਨਾਲ ਸਤਿਗੁਰਾਂ ਨੂੰ ਸਿੰਘਾਂ ਨੂੰ ਜਾ ਕੇ ਇਸ ਤਰ੍ਹਾਂ ਦੇ ਨਾਲ ਘੇਰ ਲਵੋ, ਜਿਸ ਤੇ ਨਿਕਸ ਨਾ ਜਾਏ ਕਹੇ ਕੈਸੇ, ਕਿਤੇ ਐਸਾ ਨਾ ਹੋਵੇ ਕਿ ਸਤਿਗੁਰੂ ਤੇ ਉਹਨਾਂ ਦੇ ਸਿੰਘ ਤੇ ਪਰਿਵਾਰ ਕਿਧਰੇ ਆਪਣੇ ਤੋਂ ਬਚ ਕੇ ਚਲਿਆ ਜਾਵੇ। ਜਥੇਦਾਰ ਸਰਦਾਰ ਕਨੇਰੇ, ਜਿਤਨੇ ਵੀ ਉਹਨਾਂ ਦੇ ਜਥੇਦਾਰ ਤੇ ਸਰਦਾਰ ਸਨ, ਕਰ ਕਰ ਕ੍ਰੋਧਤ ਸਗਰ ਪਰੇਰੇ, ਖਵਾਜਾ ਮਰਦੂਦ ਸਾਰੇ ਜਥੇਦਾਰਾਂ ਨੂੰ ਸਰਦਾਰਾਂ ਨੂੰ ਕ੍ਰੋਧਿਤ ਹੋ ਕੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਪ੍ਰੇਰ ਕੇ ਸਤਿਗੁਰਾਂ ਦੇ ਮਗਰ ਭੇਜ ਰਿਹਾ ਹੈ। ਭੀਮ ਚੰਦ ਕੋ ਭਾਖ ਪਠਾਇਓ, ਇੱਧਰ ਭੀਮ ਚੰਦ ਨੇੜੇ ਖੜਾ ਸੀ ਤੇ ਉਹਨੂੰ ਵੀ ਗੁੱਸੇ ਦੇ ਨਾਲ ਖਵਾਜਾ ਮਰਦੂਦ ਨੇ ਆਖਿਆ ਹੈ, ਤੈਂ ਆਪਣੋ ਦਲ ਕਿਉਂ ਅਟਕਾਇਓ। ਲੱਗਾ ਭੀਮ ਚੰਦ ਤੂੰ ਆਪਣੀ ਫੌਜ ਕਾਤੋਂ ਰੋਕ ਕੇ ਰੱਖੀ ਹੈ, ਜੰਗ ਨਹੀਂ ਕਰਨੀ ਕਿਉਂ? ਪ੍ਰੇਰ ਹੋ ਸਭ ਪਰਬਤ ਕੀ ਸੈਨ, ਜਿਤਨੀ ਪਹਾੜੀ ਰਾਜਿਆਂ ਦੀ ਫੌਜ ਇਤਨੇ ਮਹੀਨਿਆਂ ਦੀ ਬੈਠੀ ਹੋਈ ਹੈ, ਸਮਾਂ ਬਣਿਆ ਹੈ ਇਹਨਾਂ ਨੂੰ ਸਤਿਗੁਰਾਂ ਦੇ ਪਿੱਛੇ ਭੇਜੋ। ਘੇਰ ਹੋ ਜਾਏ ਗਹਿ ਪਿਖ ਨੈਣ, ਛੇਤੀ ਦੇ ਨਾਲ ਉਹਨਾਂ ਨੂੰ ਜਾ ਕੇ ਦੇਖਣ, ਸਤਿਗੁਰਾਂ ਦੀ ਫੌਜ ਨੂੰ ਘੇਰ ਲੈਣ। ਵਜੀਦ ਖਾਨ ਸਰਹੰਦੀ ਧਾਇਓ, ਇੱਧਰ ਫਿਰ ਜਿਹੜਾ ਸਰਹੰਦ ਦਾ ਵਜ਼ੀਰ ਖਾਂ ਹੈ ਉਹਨੇ ਵੀ ਆਪਣੀ ਫੌਜ ਦੇ ਵੱਲ ਇਸ਼ਾਰਾ ਕੀਤਾ ਹੈ। ਲੱਖ ਹੁਣ ਲਸ਼ਕਰ ਲੈ ਉਮੜਾਇਓ, ਇਸ ਤਰ੍ਹਾਂ ਦੇ ਨਾਲ ਉਹ ਵੀ ਲੱਖਾਂ ਦੀ ਫੌਜ ਨਾਲ ਲੈ ਕੇ ਸਤਿਗੁਰਾਂ ਦੇ ਪਿੱਛੇ ਭੱਜ ਪਿਆ ਹੈ। ਜ਼ਬਰਦਸਤ ਸੂਬਾ ਲਾਓਪੁਰ ਕੋ, ਫਿਰ ਲਾਹੌਰ ਦਾ ਜਿਹੜਾ ਜ਼ਬਰਦਸਤ ਖਾਂ ਸੂਬੇਦਾਰ ਹੈ, ਦੌੜ ਚੱਲਿਓ ਪਕੜਨ ਸ੍ਰੀ ਗੁਰ ਕੋ, ਉਹ ਵੀ ਸਤਿਗੁਰੂ ਮਹਾਰਾਜ ਜੀ ਨੂੰ ਪਿੱਛੇ ਪੈ ਕੇ ਉਹਨਾਂ ਨੂੰ ਪਕੜਨ ਦੇ ਲਈ ਫੌਜ ਲੈ ਕੇ ਚੱਲਿਆ ਹੈ। ਬੇਸ਼ੁਮਾਰ ਜਿਮਨਿਸ ਅੰਧਿਆਰੀ, ਭਾਈ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਨਾਲ ਬੇਸ਼ੁਮਾਰ ਅਣਗਿਣਤ ਫੌਜ ਜਿਵੇਂ ਰਾਤ ਦਾ ਹਨੇਰਾ ਹੋਵੇ, ਇਹ ਸਾਰੇ ਸਤਿਗੁਰਾਂ ਨੂੰ ਪਕੜਨ ਦੇ ਲਈ ਚੱਲੇ ਹਨ। ਸੈਨਾ ਉਮੜੀ ਸਭ ਇੱਕ ਵਾਰੀ, ਇਹ ਸਾਰੀ ਦੀ ਸਾਰੀ ਸੈਨਾ ਇਸ ਤਰ੍ਹਾਂ ਦੇ ਨਾਲ ਚੱਲ ਪਈ ਜਿਵੇਂ ਰਾਤ ਦਾ ਹਨੇਰਾ ਚੱਲਦਾ ਹੈ। ਔਰ ਸੂਰਜ ਕੋ ਪਕੜਨ ਹੇਤ, ਭਾਈ ਸਾਹਿਬ ਕਹਿੰਦੇ ਨੇ ਇਹ ਸਾਰੀ ਸੈਨਾ ਹਨੇਰੇ ਵਰਗੀ ਹੈ ਤੇ ਸਤਿਗੁਰੂ ਮਹਾਰਾਜ ਸੂਰਜ ਵਰਗੇ ਨੇ, ਤੋ ਜਿਵੇਂ ਹਨੇਰਾ ਸੂਰਜ ਨੂੰ ਪਕੜਨ ਦੇ ਲਈ ਚੱਲਿਆ ਹੋਵੇ। ਭਾਵ ਕਹਿਣ ਤੋਂ ਮਤਲਬ ਇਹ ਹੈ ਕਿ ਹਨੇਰਾ ਸੂਰਜ ਨੂੰ ਪਕੜ ਹੀ ਨਹੀਂ ਸਕਦਾ, ਇਹ ਕੁਦਰਤ ਦਾ ਵਿਧਾਨ ਹੀ ਨਹੀਂ ਹੈ ਕਿ ਹਨੇਰਾ ਸੂਰਜ ਨੂੰ ਪਕੜ ਸਕੇ, ਕਿਉਂਕਿ ਜਿੱਥੇ ਸੂਰਜ ਹੋਵੇਗਾ ਹਨੇਰਾ ਹੋ ਨਹੀਂ ਸਕਦਾ। ਤੋ ਇਹ ਫੌਜ ਨੇ ਯਤਨ ਤੇ ਬੜਾ ਕੀਤਾ, ਇਤਨੀ ਫੌਜ ਹੈ, ਯਤਨ ਵੀ ਕੀਤਾ ਉਹਨਾਂ ਨੇ,
ਪਰ ਗੁਰੂ ਮਹਾਰਾਜ ਸੂਰਜ ਰੂਪ ਨੇ ਉਹਨਾਂ ਨੂੰ ਪਕੜਨ ਦੇ ਲਈ ਇਹ ਫੌਜ ਚੱਲੀ ਹੈ। ਗਹਿ ਗਹਿ ਆ ਜਦ ਉਮੜੇ ਖੇਤ, ਇਹ ਸਾਰੀ ਦੀ ਸਾਰੀ ਫੌਜ ਆਪਣੇ ਆਪਣੇ ਸ਼ਸਤਰ ਲੈ ਕੇ ਮੈਦਾਨੀ ਜੰਗ ਵਿੱਚ ਆ ਗਈ ਹੈ। ਉਹ ਅੱਗੇ ਕੋ ਪਹਚਾਤ, ਕੋਈ ਅੱਗੇ ਅੱਗੇ ਜਾਂਦਾ ਹੈ, ਕੋਈ ਉਹਦੇ ਪਿੱਛੇ ਪਿੱਛੇ ਦੌੜਿਆ ਜਾਂਦਾ ਹੈ। ਦੌੜਤ ਜਾਤ ਗਿਰੇ ਕੋ ਖਾਤ, ਇਤਨਾ ਹਨੇਰੇ ਦੇ ਵਿੱਚ ਦੌੜੇ ਜਾ ਰਹੇ ਨੇ ਕਿ ਉਹਨਾਂ ਨੂੰ ਟੋਇਆ ਟਿੱਬਾ ਰੋੜਾ ਪੱਥਰ ਨਹੀਂ ਦਿਖਾਈ ਦਿੰਦਾ ਤੇ ਉਹ ਭੱਜੇ ਜਾਂਦੇ ਡਿੱਗ ਪੈਂਦੇ ਹਨ। ਪਰਸਪਰ ਲਗੇ ਧਕੇਲੇ, ਜਿਹੜੇ ਨੇ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਧੱਕੇ ਮਾਰਦੇ ਪਏ ਹਨ। ਬਾਜੀ ਲੜਤ ਸੌ ਰਨ ਮੇਲੇ, ਬਹੁਤ ਸਾਰੇ ਜਿਹੜੇ ਘੋੜਿਆਂ ਦੇ ਉੱਪਰ ਅਸਵਾਰ ਸਨ ਉਹ ਘੋੜ ਸਵਾਰ ਚੱਲੇ ਨੇ। ਘਰ ਦੂਰੰਤਾ ਪਹੁੰਚੇ ਆਏ, ਇਹ ਸਾਰੇ ਬੜੀ ਛੇਤੀ ਦੇ ਨਾਲ ਕਾਲੀ ਕਾਲੀ ਸਤਿਗੁਰਾਂ ਦੇ ਮਗਰ ਪਹੁੰਚੇ ਹਨ। ਸਿੰਘਨ ਕੋ ਪੀਛੇ ਜਹਾਂ ਜਾਏ, ਜਿੱਧਰ ਸਿੰਘ ਜਾ ਰਹੇ ਸਨ ਉਹਨਾਂ ਦਾ ਪਿੱਛਾ ਕਰਦਿਆਂ ਮਗਰ ਗਏ ਨੇ। ਸੁਣ ਕੇ ਸ਼ਬਦ ਹਟਾਵਨ ਕਰੇ, ਜਦੋਂ ਇਸ ਤਰ੍ਹਾਂ ਦੇ ਨਾਲ ਸਿੰਘਾਂ ਨੇ ਆਵਾਜ਼ ਸੁਣੀ ਤੇ ਉਹਨਾਂ ਨੇ ਪਿੱਛੇ ਨੂੰ ਹਟਾਉਣਾ ਕੀਤਾ ਇਹਨਾਂ ਨੂੰ। ਕੌਣ ਆਹੋ ਤੁਮ ਰਹੀਏ ਖੜੇ, ਸਿੰਘ ਕਹਿਣ ਲੱਗੇ ਤੁਸੀਂ ਕੌਣ ਹੋ, ਕਿੱਥੋਂ ਮਗਰ ਆ ਗਏ, ਇੱਥੇ ਚੁੱਪ ਕਰਕੇ ਪਿੱਛੇ ਖੜ ਜਾਵੋ। ਦੋਏ ਦਿਸ਼ ਦੁਸ਼ਮਣ ਜਾਣੇ ਗਏ, ਜਦੋਂ ਸਿੰਘਾਂ ਨੇ ਦੇਖਿਆ ਕਿ ਇੱਥੇ ਫੌਜ ਨੇ ਆ ਕੇ ਘੇਰਾ ਪਾ ਲਿਆ ਹੈ, ਚਾਰੇ ਪਾਸਿਆਂ ਤੋਂ ਫੌਜ ਆ ਗਈ ਹੈ। ਸ਼ਸਤਰ ਗਹਿ ਸੁਚੇਤ ਸਭ ਪਏ, ਫਿਰ ਸਾਰੇ ਦੇ ਸਾਰੇ ਸਿੰਘ ਬੜੇ ਹੈਰਾਨ ਵੀ ਹੋਏ ਨੇ ਤੇ ਸ਼ਸਤਰ ਫੜ ਕੇ ਸੁਚੇਤ ਸਾਵਧਾਨ ਹੋਏ ਨੇ। ਜਵਾਲਾ ਬਮਣੀ ਦੁਸ਼ਟਨ ਦਮਣੀ, ਇੱਧਰ ਜਿਹੜੇ ਦੁਸ਼ਟ ਸਨ ਮੁਗਲ ਫੌਜ ਪਹਾੜੀ ਫੌਜ ਇਹਨਾਂ ਨੇ ਸਿੰਘਾਂ ਦੇ ਉੱਪਰ ਬੰਦੂਕਾਂ ਦੇ ਨਾਲ ਹਮਲਾ ਕਰ ਦਿੱਤਾ ਹੈ। ਛੁੱਟਣ ਲੱਗੀ ਸਨਮੁਖਰ ਪਛਾਮਣੀ, ਇਸ ਤਰ੍ਹਾਂ ਦੇ ਨਾਲ ਬਹੁਤ ਸਾਰੀਆਂ ਬੰਦੂਕਾਂ ਦੇ ਵਿੱਚੋਂ ਗੋਲੀਆਂ ਛੁੱਟੀਆਂ ਹਨ। ਦਗਾ ਕਰਿਓ ਮੈਂ ਤੁਰਕ ਪਹਾੜੀ, ਇਸ ਤਰ੍ਹਾਂ ਦੇ ਨਾਲ ਇਹ ਪਹਾੜੀ ਤੇ ਤੁਰਕਾਂ ਨੇ ਮਿਲ ਕੇ ਸਤਿਗੁਰਾਂ ਨਾਲ ਧੋਖਾ ਕੀਤਾ ਹੈ। ਤਬ ਜਾਣੀ ਸਿੰਘਨ ਸੁਧ ਸਾਰੇ, ਸਾਰੇ ਸਿੰਘਾਂ ਨੇ ਜਾਣਿਆ ਕਿ ਸਤਿਗੁਰੂ ਮਹਾਰਾਜ ਕੀ ਕਹਿੰਦੇ ਸਨ। ਇਸੀ ਹੇਤ ਸਤਿਗੁਰੂ ਹਟਾਵਤ, ਇਹੀ ਕਾਰਨ ਸੀ ਜਿਹਦੇ ਕਰਕੇ ਸਤਿਗੁਰੂ ਮਹਾਰਾਜ ਸਾਨੂੰ ਵਾਰ ਵਾਰ ਰੋਕਦੇ ਰਹੇ ਹਨ। ਸਮਝੇ ਸਿੰਘ ਸਭ ਚਿੱਤ ਪਛਤਾਵਤ, ਸਾਰੇ ਸਿੰਘ ਬੜੇ ਇਹ ਗੱਲ ਨੂੰ ਚਿੱਤ ਦੇ ਵਿੱਚ ਚੇਤੇ ਕਰ ਕਰਕੇ ਪਛਤਾਉਂਦੇ ਨੇ ਕਿ ਅੱਜ ਪਤਾ ਚੱਲਿਆ ਸਤਿਗੁਰੂ ਮਹਾਰਾਜ ਕਿਉਂ ਨਹੀਂ ਇਹਨਾਂ ਦੀ ਗੱਲ ਮੰਨਦੇ ਸਨ। ਅਬ ਕਿਆ ਹੋਏ ਸ਼ੋਰ ਗੱਡ ਧਾਏ, ਪਰ ਹੁਣ ਇਹ ਵੀ ਸੋਚਦੇ ਨੇ ਕਿ ਹੁਣ ਹੋ ਕੁਝ ਨਹੀਂ ਸਕਦਾ, ਹੁਣ ਪਾਣੀ ਪੁਲਾਂ ਥੱਲਿਓ ਲੰਘ ਗਿਆ ਹੈ ਤੇ ਅਸੀਂ ਕਿਲਾ ਛੱਡ ਕੇ ਆ ਗਏ ਹਾਂ। ਦੜਬੋ ਸਨਮੁਖ ਹੀ ਬਣਿਆ, ਹੁਣ ਹੋਰ ਤੇ ਕੋਈ ਹੀਲਾ ਵਸੀਲਾ ਨਹੀਂ, ਬਸ ਸਨਮੁਖ ਹੋ ਕੇ ਲੜਨਾ ਹੀ ਬਣ ਆਉਂਦਾ ਹੈ। ਸ਼੍ਰੀ ਗੁਰ ਕੇਤ ਕਦੂਰ ਚੱਲਿਆ ਗੇ, ਸਤਿਗੁਰੂ ਮਹਾਰਾਜ ਜੀ ਚੱਲਦਿਆਂ ਚੱਲਦਿਆਂ ਕੁਝ ਅੱਗੇ ਲੰਘ ਗਏ ਹਨ। ਖੜੇ ਅਜੀਤ ਸਿੰਘ ਰਿਸ ਜਾਗੇ, ਸਾਹਿਬ ਜਾਦਾ ਬਾਬਾ ਅਜੀਤ ਸਿੰਘ ਜੀ ਉਹ ਸੂਰਬੀਰ ਉਹ ਸਾਹਮਣੇ ਖੜ ਗਏ ਹਨ। ਤੁਰ ਕਨਿਆਨੀ ਕੇ ਮੁਗਲ ਪਠਾਨ, ਜਿਤਨੀ ਮੁਗਲਾਂ ਦੀ ਤੇ ਪਹਾੜੀ ਰਾਜਿਆਂ ਦੀ ਫੌਜ ਆ ਰਹੀ ਸੀ, ਘਿਰੇ ਆਣ ਕਰ ਆ ਜੁਦਪਨ, ਇਹਨਾਂ ਨੇ ਸਾਰਿਆਂ ਨੇ ਆ ਕੇ ਤੇ ਸਤਿਗੁਰੂ ਮਹਾਰਾਜ ਜੀ ਤੇ ਹਮਲਾ ਕੀਤਾ ਤੇ ਅੱਗੇ ਸਾਹਿਬਜ਼ਾਦਾ ਅਜੀਤ ਸਿੰਘ ਡਟ ਗਏ ਹਨ। ਛੋਟੇ ਤੜਾ ਭੜ ਤੁਪਕ ਤੜਾ ਕੇ, ਇਧਰ ਫੌਜ ਦੇ ਵੱਲੋਂ ਤਾੜ ਤਾੜ ਕਰਦੀਆਂ ਬੰਦੂਕਾਂ ਚੱਲਦੀਆਂ ਹਨ। ਮਿਲੇ ਵੀਰ ਢਿੱਗ ਅੱਧ ਕਲੜਾ ਕੇ, ਬਹੁਤ ਸਾਰੇ ਸੂਰਮੇ ਜਿਹੜੇ ਦੋਨਾਂ ਪਾਸਿਆਂ ਦੇ ਲੜਾਕੇ ਆਪਸ ਦੇ ਵਿੱਚ ਮਿਲੇ ਹਨ। ਸ਼ਬਦ ਹੋਤ ਜਮਗਾਜ ਤਗਾਜ, ਇੱਥੇ ਇਸ ਤਰ੍ਹਾਂ ਦੀ ਆਵਾਜ਼ ਹੁੰਦੀ ਹੈ ਬੰਦੂਕਾਂ ਦੀ ਤੋਪਾਂ ਵਾਂਗੂ ਕਿ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਗੱਜਦੀ ਹੋਵੇ। ਸੈਲ ਟੋਲ ਪਰ ਭੜ ਤਰ ਸਾਜ, ਇੱਧਰ ਜਿਹੜੇ ਪਹਾੜੀ ਰਾਜੇ ਹਨ ਉਹ ਵੀ ਬੜੀਆਂ ਭਰ ਭਰ ਕੇ ਬੰਦੂਕਾਂ ਚਲਾਉਂਦੇ ਹਨ। ਦੂਰ ਦੂਰ ਲੱਗ ਸ਼ਬਦ ਸੁਣਨ ਤੇ, ਬੜੀ ਦੂਰ ਦੂਰ ਤੱਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਗੁਲਕਾਂ ਸ਼ੂਕਤ ਛੁੱਟੇ ਤੁਰਨ ਤੇ, ਬੰਦੂਕਾਂ ਚੋਂ ਨਿਕਲਦੀਆਂ ਹੋਈਆਂ ਗੋਲੀਆਂ ਛੂਕਦੀਆਂ ਜਾਂਦੀਆਂ ਹਨ। ਕਮੂ ਤੁਰਕੀ ਚੜ ਕਰ ਆਈ, ਜਦੋਂ ਇਸ ਤਰ੍ਹਾਂ ਦੇ ਨਾਲ ਤੁਰਕਾਂ ਦੀ ਫੌਜ ਚੜ ਕੇ ਆ ਗਈ ਹੈ। ਦੂਰ ਦੂਰ ਥਿਰਤਾ, ਉਹ ਸਾਰੀ ਫੌਜ ਚੜ ਕੇ ਤੇ ਆਈ, ਪਰ ਅੱਗੇ ਖਾਲਸਾ ਜੀ ਉਹ ਵੀ ਸਾਵਧਾਨ ਹੋ ਕੇ ਖੜੇ ਨੇ ਤੇ ਇਹਨਾਂ ਸਾਰਿਆਂ ਨੇ ਚੜਾਈ ਤੇ ਕੀਤੀ, ਪਰ ਅਜੇ ਦੂਰ ਦੂਰ ਨੇ, ਦੂਰੋਂ ਦੂਰੋਂ ਹਮਲੇ ਕਰਦੇ ਨੇ। ਕਿਸ ਤਰ੍ਹਾਂ ਦੇ ਨਾਲ ਇਹ ਸਰਸਾ ਦੇ ਨਦੇ ਤੇ ਭਿਆਨਕ ਜੰਗ ਹੁੰਦਾ ਏ, ਔਰ ਸਤਿਗੁਰੂ ਮਹਾਰਾਜ ਜੀ ਦਾ ਪਰਿਵਾਰ ਵਿਛੋੜਾ ਹੋਵੇਗਾ, ਬਹੁਤ ਸਾਰੇ ਸਿੰਘ ਸ਼ਹੀਦ ਹੋਣਗੇ, ਸਤਿਗੁਰੂ ਸਰਸਾ ਨਦੀ ਪਾਰ ਕਰਕੇ ਚਮਕੌਰ ਸਾਹਿਬ ਪਹੁੰਚਣਗੇ। ਇਹ ਸਾਰੀ ਵਿਚਾਰ ਨੂੰ ਕੱਲ੍ਹ ਨੂੰ ਵਿਚਾਰਨ ਦਾ ਯਤਨ ਕਰਾਂਗੇ। ਸਮੇਂ ਅਨੁਸਾਰ ਇਤਨੀ ਸੇਵਾ ਪ੍ਰਵਾਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਜੀ। ਜਮੂ ਤੁਰਕ ਕੀ ਚੜ ਕਰ ਆਈ, ਤ੍ਰਾਸ ਹੈ ਦੂਰ ਦੂਰ ਥਿਰ ਤਾਈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ,
हे समरथ अगम पूरन मोहे मया अंधकूप महापयान नानक पार हे अच्युत हे पार ब्रह्म अविनाशी अग हे पूरन हे सर्ब मैं दुख पंजन गुण हे संगी हे निरंकार हे निर्गुण सब एक हे गोबिंद हे गुण निदान जाके सदा बेक हे अपरंपर हर हरे हह पी होवन हे संत के सदा संग निदारा हे ठाकुर हाँ दास रो मैं निर्गुण गुण नहीं नानक दीजै नाम दान राखो ही है परोए आए प्रभ शरणागति कृपा नित दयान एक अखर हर मन बसत नानक होत निहार वाहे गुरु नाम जहाज है चढ़े सोत रहे पार जो सरदा कर सेव दे गुरु पार उतारन हार वाहे गुरु नाम जहाज है चढ़े सोतर जो सरदा कर सेवन दे गुरु पार उतारन हार वाहे गुरु जी का खालसा वाहे गुरु जी की फतेह वाहे गुरु जी।